सत श्रीकाल जी, तुसी देख रहे हो पंजाब मेल यूएसए टीवी चैनल। मैं हाँ गुरजतेंद्र सिंह रंधावा, लैके हाजिर हाँ अज का यूएस इमीग्रेशन एंड पॉलिटिक्स का यह प्रोग्राम। इस विच सरदार जसप्रीत सिंह अटॉर्नी साढ़े स्पैशलिस्ट होंगे है। इस प्रोग्राम विच असी तुहानू जिथे तुहाडे इमीग्रेशन संबंधी सवालों के जवाब दिंदे आ, उत्थे नाल दी नाल अमेरिका की पॉलिटिक्स बारे भी डिस्कस करते हैं। उस दे नाल नाल असी इत्थों दे नवें कानून, नवें ला, रूल्स, रेगुलेशन जो भी अपडेट हुंदी आ उह तुहाडे तक पहुँचाउण दी कोशिश करते हैं। नाल दी नाल एक अद्धा मुद्दा जिहड़ा उह असी पंजाब या हिंदुस्तान तो भी लैंदे आ, जिहड़ा कि बड़ा उभरवा हुंदा, क्योंकि जरूरी आ साडे बहुत सारे जिहड़े इत्थे लोग रहिंदे अमेरिका 'च उह पिछोकड़ उहनां दा जिहड़ा उह पंजाब तों जां होर खित्तिआं दा हुंदा, ते साडा फर्ज बनदा कि उत्थे जिहड़ी मेजर न्यूज़ आ उहदे बारे भी थोड़ी बहुती डिस्कस करिए। अज इस प्रोग्राम शुरू करन तो पहला मैं ये चाहवांगा कि तुसी साडा जिहड़ा यूट्यूब चैनल आ, जो साडा नाँ पंजाब मेल यूएसए टीवी चैनल का नाँ है, उही साडा यूट्यूब चैनल भी है, उहनू सबसक्राइब करो। उस दे नाल नाल तुसी साडी जिहड़ी ऐप आ उह भी डाउनलोड करो। ऐप भी तुसी पंजाब मेल यूएसए दे नाँ ते ही है, उह डाउनलोड कर सकते हो। उह आईफोन ते भी हुंदी आ, एंड्रॉयड फोन ते भी हुंदी आ, ते तुसी उहदा आनंद जिहड़ा उह 24 घंटे साडे वख-वख प्रोग्रामां दा लै सकदे हो। आओ सब तो पहला सरदार जसप्रीत सिंह होरां दा थैंक यू करिए ते उहनां दा धन्नवाद करिए। सत श्री अकाल जी। सत श्री अकाल जी रंधावा साहब। सत श्री अकाल जी सारिआं नूं। सरदार जसप्रीत सिंह जी, बहुत सारे नवें रूल्स एंड रेगुलेशन भी आए है, H-1B वीजा बारे भी नवे रूल्स, कुछ कोर्ट्स भी जिहड़ियां अमेरिका दियां न्यूयॉर्क दियां उह भी खुल्लियां, सुप्रीम कोर्ट ਜਿਹੜਾ ਹੈਗਾ ਉਹਦੇ ਵੀ ਕੋਈ ਨਵੇਂ ਅਪਡੇਟਸ ਹੈਗੇ ਆ, ਕੀ ਅਪਡੇਟਸ ਆ ਜੀ ਸਾਰੇ? ਰੰਧਾਵਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਆ ਜੀ, ਉਹ ਤੁਹਾਨੂੰ ਪਤਾ ਹੀ ਆ ਵੀ ਸਾਲ ਤੋਂ ਉੱਤੇ ਹੋ ਗਿਆ ਉਦੋਂ ਦੀ ਬੰਦ ਆ, ਉਹ ਹੁਣ ਫਾਈਨਲੀ ਅੱਜ ਉਹਨਾਂ ਨੇ ਇਹ ਆਈ ਹੈ ਕਮਿਊਨੀਕੇਸ਼ਨ ਕਿ 6 ਜੁਲਾਈ ਤੋਂ ਨਿਊਯਾਰਕ ਦੀ ਜਿਹੜੀ ਇਮੀਗ੍ਰੇਸ਼ਨ ਕੋਰਟ ਖੁੱਲ੍ਹ ਰਹੀ ਆ ਜੀ, ਸੋ 6 ਜੁਲਾਈ ਤੋਂ ਕੋਰਟ ਜਿਹੜੀ ਆ ਓਪਨ ਹੋ ਜਾਏਗੀ, ਅਤੇ ਉੱਥੋਂ ਫਿਰ ਜਿਹੜੀਆਂ ਸਾਰੀਆਂ ਹੀਅਰਿੰਗਸ ਵਗੈਰਾ ਹੈਗੀਆਂ ਉਹ ਕੰਟੀਨਿਊ ਹੋਣਗੀਆਂ। ਸੋ ਜਿਨ੍ਹਾਂ ਦੇ ਵੀ ਕੇਸ ਨਿਊਯਾਰਕ ਕੋਰਟ ਚੱਲਦੇ, ਚਾਹੇ 26 ਫੈਡਰਲ ਪਲਾਜ਼ਾ, ਚਾਹੇ ਬੈਰਿਕ ਸਟਰੀਟ ਆ, ਉਹ ਆਪਾਂ ਆਪਣੇ ਵਕੀਲਾਂ ਨਾਲ ਸੰਪਰਕ ਕਰਨ, ਕਿਉਂਕਿ 6 ਜੁਲਾਈ ਤੋਂ ਬਾਅਦ ਉੱਥੇ ਜਿਹੜੀ ਕੋਰਟ ਖੁੱਲ੍ਹ ਰਹੀ ਆ ਉਹ ਫਿਰ ਉੱਥੋਂ ਪਤਾ ਲੱਗੂ ਵੀ ਉਹ ਜਿਹੜੀਆਂ ਹੀਅਰਿੰਗਸ ਹੈਗੀਆਂ ਉਹ ਮਾਸਟਰ ਹੀਅਰਿੰਗਸ ਕਰ ਰਹੇ ਆ ਕਿ ਡੇਟਾ ਅੱਗੇ ਦੇਣਗੇ ਜਾਂ ਇੰਡੀਵਿਜੁਅਲ ਹੋਣਗੀਆਂ। ਪਰ ਜਿਵੇਂ ਹੁਣ ਉਹ ਕੋਰਟ ਬੰਦ ਸੀਗੀ ਉਹ 6 ਜੁਲਾਈ ਤੋਂ ਖੁੱਲ੍ਹ ਰਹੀ ਆ, ਅਤੇ ਜਿਹੜੀਆਂ ਬਾਕੀ ਇਮੀਗ੍ਰੇਸ਼ਨ ਕੋਰਟਾਂ ਨੇ ਉਹ ਤਕਰੀਬਨ ਮਤਲਬ ਕਾਫੀ ਥਾਵਾਂ 'ਤੇ ਖੁੱਲ੍ਹੀਆਂ ਪਹਿਲਾਂ ਹੀ, ਉਹਨਾਂ ਦੀਆਂ ਮਾਸਟਰ ਡੇਟਾਂ ਜਿਹੜੀਆਂ ਨੇ ਉਹ ਅੱਗੇ ਹੋ ਰਹੀਆਂ ਨੇ, ਜਾਂ ਉਹ ਟੈਲੀਫੋਨਿਕ ਕਰ ਰਹੇ ਆ, ਜਾਂ ਰਿਟਨ ਪ੍ਰੀਡਿੰਗਸ ਲੈ ਰਹੇ ਆ, ਇੰਡੀਵਿਜੁਅਲ ਡੇਟਾਂ ਜਿਹੜੀਆਂ ਫਾਈਨਲ ਹੁੰਦੀਆਂ ਉਹ ਕਰ ਰਹੇ ਆ। ਉਹ ਹੁਣ ਸਟੇਟਾਂ ਦੀ ਓਪਨਿੰਗ ਦੇ ਨਾਲ, ਜਿਵੇਂ ਲਾਸਟ ਟਾਈਮ ਆਪਾਂ ਦੱਸਿਆ ਸੀ ਵੀ ਨਿਊਯਾਰਕ ਨੇ 1 ਜੁਲਾਈ ਤੋਂ ਉਹ ਸਾਰੀ ਓਪਨ ਹੋ ਜਾਣੀ ਹੈ ਸਿਟੀ, ਉਹਦੇ ਤੋਂ ਬਾਅਦ ਹੀ ਇਹਨਾਂ ਨੇ ਡਿਸੀਜਨ ਲਿਆ ਵੀ 6 ਜੁਲਾਈ ਤੋਂ ਖੋਲ੍ਹਣੀ ਹੈ ਕੋਰਟ। ਕੈਲੀਫੋਰਨੀਆ ਖੁੱਲ੍ਹ ਰਿਹਾ 15 ਜੂਨ ਤੋਂ, ਸੋ 15 ਜੂਨ ਤੋਂ ਜਿਹੜੀ ਕੈਲੀਫੋਰਨੀਆ ਸਟੇਟ ਹੈ ਸਾਰੀ ਓਪਨ ਹੋ ਜਾਣੀ ਆ। ਜਦੋਂ ਇਹ ਓਪਨ ਹੋ ਗਈ ਅਤੇ ਇਸ ਤੋਂ ਬਾਅਦ ਮੇਰਾ ਖਿਆਲ ਇੱਥੇ ਵੀ ਜਿਹੜੀਆਂ ਡੇਟਾਂ ਵਗੈਰਾ ਕੋਰਟ ਦੇ ਵਿੱਚ ਰੈਗੂਲਰ ਸ਼ੁਰੂ ਹੋਣਗੀਆਂ। ਅਤੇ ਇਹਦੇ ਨਾਲ ਨਾਲ ਇਹ ਮਤਲਬ ਚੰਗੀ ਗੱਲ ਆ ਉਹਨਾਂ ਲੋਕਾਂ ਲਈ ਜਿਹੜੇ ਵਿਚਾਰੇ ਬੜੀ ਦੇਰ ਤੋਂ ਆਪਣੇ ਕੇਸਾਂ ਦੀਆਂ ਹੀਅਰਿੰਗਸ ਉਡੀਕ ਰਹੇ ਨੇ ਜਾਂ ਡਿਸੀਜਨਸ ਉਡੀਕ ਰਹੇ ਨੇ। ਈਵਨ ਜਿਹੜੀ USCIS ਆ ਉੱਥੇ ਵੀ ਹੁਣ ਸਿਟੀਜ਼ਨਸ਼ਿਪ ਦੀਆਂ ਡੇਟਾਂ ਨੂੰ ਬਹੁਤ ਟਾਈਮ ਲੱਗ ਰਿਹਾ, ਉਹ ਹੁਣ ਜਿਹੜੀਆਂ ਹੈਗੀਆਂ ਹੀਅਰਿੰਗਸ ਉਹ ਹੋਣਗੀਆਂ, ਅਤੇ ਲੱਗਦਾ ਕਿ ਹੁਣ ਅੱਗੇ ਨਾਲੋਂ ਫਾਸਟ ਹੋਊਗਾ ਪ੍ਰੋਸੈਸ। ਅਤੇ ਜਿਹੜੀ ਇਸ ਤੋਂ ਇਲਾਵਾ ਦੂਜੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਕਿ ਜਿਹੜਾ H-1 ਬਾਰੇ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਰੂਲ ਇਹ ਕੱਢਿਆ ਸੀਗਾ ਵੀ ਜਿਹੜੇ H-1 ਵਾਲਿਆਂ ਦੇ ਸਪਾਊਸਿਸ ਨੇ H-4 ਵੀਜ਼ੇ 'ਤੇ, ਜਿਵੇਂ H-1 ਹੋਲਡਰ ਆ ਉਹਦਾ ਜਿਹੜਾ ਹਸਬੈਂਡ ਵਾਈਫ ਆ, ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਓਕੇ, ਉਹਨੂੰ ਚੈਲੇਂਜ ਕੀਤਾ ਗਿਆ ਮਤਲਬ ਕੋਰਟਾਂ ਦੇ ਵਿੱਚ, ਅਤੇ ਹੁਣ ਇਹ ਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰੂਲ ਵਾਪਸ ਲੈ ਲਿਆ, ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਮਿਲਣਾ ਚਾਹੀਦਾ। ਲੇਕਿਨ ਇਸ ਚੀਜ਼ ਦੇ ਖਿਲਾਫ ਇੱਕ ਸੇਵ ਜੋਬਸ USA ਮਤਲਬ ਕਰਕੇ ਸੰਸਥਾ ਆ, ਉਹਨਾਂ ਨੇ ਕੇਸ ਕੀਤਾ ਅਗੇਂਸਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਸ਼ਿੰਗਟਨ ਡਿਸਟ੍ਰਿਕਟ ਕੋਰਟ ਦੇ ਵਿੱਚ, ਅਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੇ ਨਾਲ ਜਿਹੜੀਆਂ ਸਾਡੀਆਂ ਜੋਬਾਂ ਡਿਸਪਲੇਸ ਹੁੰਦੀਆਂ, ਅਤੇ ਉਹਨਾਂ ਨੇ ਇਹ ਕਿਹਾ ਜਿਹੜਾ ਸੇਵ ਜੋਬਸ USA ਆ ਕਿ ਸਾਡੇ ਕੁਛ ਜਿਹੜੇ ਵਰਕਰਸ ਨੇ ਇਹ ਕੰਪਿਊਟਰ ਵਰਕਰ ਸੀਗੇ, ਪਹਿਲਾਂ ਸਦਰਨ ਕੈਲੀਫੋਰਨੀਆ ਐਡੀਸਨ 'ਚ ਕੰਮ ਕਰਦੇ ਸੀ, ਅਤੇ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ H-1B ਜਿਹੜੇ ਹੈਗੇ ਆ ਗੈਸਟ ਵਰਕਰ ਵੀਜ਼ਾ ਵਾਲਿਆਂ ਨੂੰ, ਅਤੇ ਉਹਨਾਂ ਨੇ ਕਿਹਾ ਕਿ ਉਹਦੇ ਕਰਕੇ ਸਾਨੂੰ ਜਿਹੜਾ ਹੈਗਾ ਉਹ ਬਹੁਤ ਨੁਕਸਾਨ ਹੋਇਆ। ਇਹਦੇ ਖਿਲਾਫ
ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਸਟੈਂਡ ਲਿਆ ਹੋਇਆ ਵੀ ਇਹਨਾਂ ਨੂੰ ਵਰਕ ਪਰਮਿਟ ਦੇਣੇ ਜ਼ਰੂਰੀ ਨੇ ਅਤੇ ਇਹਨਾਂ ਦੇ ਵਰਕ ਪਰਮਿਟ ਦੇ ਨਾਲ ਕੋਈ ਇੱਥੇ ਦੀਆਂ ਜੋਬਾਂ ਨੂੰ ਇੰਨਾ ਫਰਕ ਨਹੀਂ ਪੈਂਦਾ। ਮਤਲਬ ਗੌਰਮੈਂਟ ਇਸ ਗੱਲ ਨਾਲ ਸਹਿਮਤ ਆ ਕਿ ਇਹਨਾਂ ਨੂੰ ਵਰਕ ਪਰਮਿਟ ਮਿਲਣੇ ਚਾਹੀਦੇ ਆ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਗੱਲ ਆ ਵੀ ਗੂਗਲ, ਅਤੇ ਤੁਹਾਨੂੰ ਪਤਾ ਹੀ ਆ ਵੀ ਕਿੱਡੀ ਵੱਡੀ ਕੰਪਨੀ ਆ ਉਹਨੇ, ਅਤੇ ਉਹਦੇ ਨਾਲ ਨਾਲ ਹੋਰ ਕੰਪਨੀਆਂ ਨੇ ਇੱਕ ਐਮਿਕਸ ਬਰੀਫ ਫਾਈਲ ਕੀਤੀ ਆ ਕੋਰਟ ਦੇ ਵਿੱਚ, ਅਤੇ ਇਹ ਕਿਹਾ ਵੀ ਇਹਨਾਂ ਨੂੰ ਜਿਹੜੇ H1B ਵਾਲੇ ਸਪਾਊਸਿਸ ਨੇ ਉਹਨਾਂ ਨੂੰ ਵਰਕ ਪਰਮਿਟ ਮਿਲਣੇ ਚਾਹੀਦੇ ਆ। ਸੋ ਉਹਨਾਂ ਦੇ ਹੱਕ 'ਚ ਉਹਦੇ 'ਚ ਕਿਹੜੇ ਕਿਹੜੇ ਬੰਦਿਆਂ ਨੇ ਬਰੀਫ ਦਿੱਤੀ ਆ, ਉਹ ਹੈਗੇ ਅਡੋਬੀ, ਐਮਾਜ਼ੋਨ, ਐਪਲ, ਇਲੈਕਟ੍ਰੋਨਿਕ ਆਰਟਸ, ਈਬੇ, IBM, ਇੰਟੈਲ, ਮਾਈਕਰੋਸੋਫਟ, ਪੇਪਾਲ, ਰੈਡਿਟ, ਸਟੱਬ ਹੱਬ ਅਤੇ ਟਵਿੱਟਰ। ਸੋ ਸਾਰੀਆਂ ਵੱਡੀਆਂ ਕੰਪਨੀਆਂ ਨੇ। ਇਹਨਾਂ ਨੇ ਇਹ ਕਿਹਾ ਵੀ H1 ਜਿਹੜਾ ਉਹ ਸਾਡੇ ਲਈ ਜ਼ਰੂਰੀ ਆ, ਇਹਦੇ ਨਾਲ ਜਿਹੜੀਆਂ ਅਮਰੀਕਾ ਨੇ ਜੋਬਾਂ ਡਿਸਪਲੇਸ ਨਹੀਂ ਹੁੰਦੀਆਂ, ਕਿਉਂਕਿ H1 ਤਾਂ ਉਹ ਬੰਦੇ ਆਉਂਦੇ ਆ ਜਿਹੜੇ ਬੰਦਿਆਂ ਨੂੰ ਕਿ ਸਾਡੀ ਇੰਡਸਟਰੀ ਨੂੰ ਲੋੜ ਆ, ਅਤੇ ਉਹ ਜਿਹੜੇ ਬੰਦੇ ਇੱਥੇ ਨਹੀਂ ਮਿਲ ਸਕਦੇ ਉੱਦਾਂ ਦੇ। ਸੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਹਨਾਂ ਦੇ ਸਪਾਊਸਿਸ ਨੇ ਉਹਨਾਂ ਨੂੰ ਵੀ ਵਰਕ ਪਰਮਿਟ ਮਿਲਣੇ ਚਾਹੀਦੇ ਆ, ਕਿਉਂਕਿ ਜਿਹੜੇ H1 ਵਾਲੇ ਬੰਦੇ ਨੇ ਇਹ ਆਮ ਤੌਰ 'ਤੇ ਉਹਨਾਂ ਥਾਵਾਂ 'ਤੇ ਹੁੰਦੇ ਨੇ ਜਿੱਥੇ ਕਿ ਇਹ ਜਿਹੜੀਆਂ ਕੰਪਨੀਆਂ ਲੋਕੇਟਡ ਨੇ, ਅਤੇ ਉੱਥੇ ਬੜਾ ਹੁਣ ਜਿਵੇਂ ਬੇ ਏਰੀਆ ਹੋਇਆ ਕੈਲੀਫੋਰਨੀਆ ਦਾ, ਰਹਿਣਾ ਬਹੁਤ ਮਹਿੰਗਾ ਆ। ਸੋ ਇਸ ਕਰਕੇ ਜੇ ਇਹਨਾਂ ਦੇ ਜਿਹੜੇ ਸਪਾਊਸਿਸ ਵੀ ਕੰਮ ਕਰਨਗੇ ਤਾਂ ਉਹਦਾ ਜਿਹੜਾ ਉਹ ਫਾਇਦਾ ਹੀ ਹੋਏਗਾ, ਅਤੇ ਪਲੱਸ H1B ਵਾਲੇ ਜ਼ਿਆਦਾ ਬੈਟਰ ਕੰਮ ਕਰ ਸਕਦੇ ਆ। ਅਤੇ ਉਹਨਾਂ ਨੇ ਇਸ ਗੱਲ ਨੂੰ ਨਕਾਰਿਆ, ਐਡੀ ਵੱਡੀ ਇੰਡਸਟਰੀ ਦੇ ਲੋਏ 'ਚ ਕਿਹੜੇ ਕਿਹੜੇ ਹੈਗੇ, ਐਮਾਜ਼ੋਨ, ਐਪਲ, ਈਬੇ, IBM, ਇੰਟੈਲ, ਮਾਈਕਰੋਸੋਫਟ, ਪੇਪਾਲ, ਟਵਿੱਟਰ, ਠੀਕ ਹੈ ਜੀ, ਅਤੇ ਨਾਲ ਗੂਗਲ, ਜਿਹੜੀਆਂ ਕਿ ਅਮਰੀਕਾ ਦੀਆਂ ਤੁਸੀਂ ਕਹਿ ਲਓ ਵੀ ਜਿਹੜੀ ਸਾਰੀਆਂ ਵੱਡੀਆਂ ਇੰਡਸਟਰੀ ਆ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕੋਈ ਜੋਬਾਂ ਡਿਸਪਲੇਸ ਨਹੀਂ ਹੁੰਦੀਆਂ, ਬਲਕਿ ਸਾਨੂੰ ਬਿਜ਼ਨਸ ਨੂੰ ਫਾਇਦਾ ਹੁੰਦਾ। ਸੋ ਉਹਨਾਂ ਨੇ ਜਿਹੜਾ ਗੌਰਮੈਂਟ ਨੇ ਸਟੈਂਡ ਲਿਆ ਕਿ ਇਹਨਾਂ ਨੂੰ ਵਰਕ ਪਰਮਿਟ ਮਿਲਣੇ ਚਾਹੀਦੇ ਆ, ਉਹਨੂੰ ਇੰਡੋਰਸ ਕੀਤਾ। ਸੋ ਇਹ ਬੜੀ ਚੰਗੀ ਗੱਲ ਆ। ਇਹਦੇ ਇਲਾਵਾ ਜਿਹੜੀ ਤੀਜੀ ਮੇਨ ਖਬਰ ਆ ਉਹ ਹੈਗੀ US ਸੁਪਰੀਮ ਕੋਰਟ ਤੋਂ, ਕਿ US ਸੁਪਰੀਮ ਕੋਰਟ ਦਾ ਡਿਸੀਜਨ ਅੱਜ ਹੀ ਆਇਆ ਇਹ, ਅਤੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਲਾਅ ਇਨਫੋਰਸਮੈਂਟ ਵਾਲੇ ਆ, ਪੁਲਿਸ ਵਾਲੇ ਆ, ਉਹ ਕਿਸੇ ਦੇ ਵੀ ਘਰ ਪਬਲਿਕ ਇੰਟਰਸਟ ਦਾ ਨਾਂ ਲੈ ਕੇ ਜਾਂ ਕਮਿਊਨਿਟੀ ਕੇਅਰ ਟੇਕਿੰਗ ਦਾ ਨਾਂ ਲੈ ਕੇ ਛਾਪਾ ਨਹੀਂ ਮਾਰ ਸਕਦੇ, ਉਹ ਕਿਸੇ ਦੇ ਘਰ ਨਹੀਂ ਜਾ ਸਕਦੇ, ਅਤੇ ਉਹ ਉਹਨਾਂ ਨੂੰ ਜੇ ਉਹਨਾਂ ਨੇ ਜਾਣਾ ਤਾਂ ਉਹਨਾਂ ਨੂੰ ਉਹਦੇ ਵਾਸਤੇ ਵਾਰੰਟ ਚਾਹੀਦਾ। ਅੱਗੇ ਕੀ ਹੁੰਦਾ ਸੀਗਾ ਕਿ ਜਿਹੜੀ ਪੁਲਿਸ ਆ ਇਹ ਮਤਲਬ ਪਬਲਿਕ ਇੰਟਰਸਟ ਨੂੰ ਦੇਖਦੇ ਹੋਏ ਜਾਂ ਜਿਹੜੀ ਕਮਿਊਨਿਟੀ ਕੇਅਰ ਟੇਕਿੰਗ ਦੇ ਕਰਕੇ ਬਿਨਾਂ ਵਾਰੰਟ ਤੋਂ ਵੀ ਕਿਸੇ ਦੇ ਘਰ ਜਾ ਸਕਦੇ ਸੀ, ਜਾਂਦੇ ਸੀ। ਉਹਦਾ ਮਤਲਬ ਆ ਵੀ ਜਿਵੇਂ ਕਿਸੇ ਨੂੰ ਟਿਪ ਆਫ ਮਿਲੀ ਕੋਈ ਬੰਦਾ ਸੁਸਾਈਡ ਕਰਨ ਲੱਗਿਆ ਜਾਂ ਕਿਸੇ ਬੰਦੇ ਕੋਲ ਹਥਿਆਰ ਨੇ, ਤਾਂ ਉਹਦਾ ਹੁਣ ਵਾਰੰਟ ਲੈਣ ਜਾਣ ਜਾਂ ਕਰਨ ਨੂੰ ਤਾਂ ਬਹੁਤ ਟਾਈਮ ਲੱਗਦਾ। ਅਤੇ ਉਹਨਾਂ ਨੇ ਉਹ ਫਿਰ ਪੁਲਿਸ ਵਾਲੇ ਇਹ ਦੇਖ ਕੇ ਵੀ ਆਲੇ ਦੁਆਲੇ ਦੇ ਜਿਹੜੇ ਕਿਸੇ ਨੇ ਜਿਵੇਂ ਗੁਆਂਢੀ ਨੇ ਸ਼ਿਕਾਇਤ ਕੀਤੀ ਆ, ਰਾਈਟ ਵੇ ਜਾਣਾ ਪੈਣਾ, ਅਤੇ ਉਹ ਚਲੇ ਜਾਂਦੇ ਸੀਗੇ। ਅਤੇ ਉਹ ਹੁਣ ਇੱਕ ਕੇਸ ਸੁਪਰੀਮ ਕੋਰਟ ਕੋਲ ਗਿਆ, ਉਹਦਾ ਨਾਂ ਹੈਗਾ ਕੈਨੇਗਲੀਆ ਵਰਸਿਸ ਸਟੋਰਮ। ਅਤੇ ਉਹਦੇ 'ਚ ਪੁਲਿਸ ਕਿਸੇ ਬੰਦੇ ਦੇ ਘਰ 'ਚ ਗਈ ਤਾਂ ਉੱਥੋਂ ਫਾਇਰ ਆਰਮ ਉਹਨਾਂ ਨੇ ਰਿਕਵਰ ਕੀਤੇ, ਅਤੇ ਉਹ ਉਹਨਾਂ ਕੋਲ ਕੋਈ ਵਾਰੰਟ ਨਹੀਂ ਸੀਗਾ, ਅਤੇ ਉਹ ਗਏ ਇਸ ਕਰਕੇ ਕਿ ਉਹ ਬੰਦੇ ਨੇ ਕਿਹਾ ਮੈਂ ਸੁਸਾਈਡ ਕਰ ਲੈਣਾ ਅਤੇ ਮੇਰੇ ਕੋਲ ਹਥਿਆਰ ਆ, ਅਤੇ ਪੁਲਿਸ ਨੂੰ ਪਤਾ ਲੱਗਿਆ ਉਹ ਚਲ ਗਏ, ਉਹਨਾਂ ਨੇ ਉਹਦੇ ਕੋਲ ਹਥਿਆਰ ਵੀ ਲੈ ਲਏ, ਉਹਨੂੰ ਫੜ ਲਿਆ, ਅਤੇ ਉਹਨੂੰ ਉਹਨਾਂ ਨੇ ਮੁੜ ਕੇ ਸਾਈਕੈਟ੍ਰਿਕ ਵੈਲੂਏਸ਼ਨ ਵਾਸਤੇ ਮਤਲਬ ਹੋਸਪਿਟਲ 'ਚ ਭੇਜਿਆ। ਅਤੇ ਉਹਨਾਂ ਨੇ ਜਿਹੜਾ ਐਂਟਰ ਕੀਤਾ, ਉਹਨਾਂ ਨੇ ਕਿਹਾ ਵੀ ਸਾਡੀ ਕਮਿਊਨਿਟੀ ਕੇਅਰ ਟੇਕਿੰਗ ਐਕਸੈਪਸ਼ਨ ਹੈ ਵੀ ਜਿਹੜੀ ਕਮਿਊਨਿਟੀ ਦੀ ਕੇਅਰ ਕਰਨ ਵਾਸਤੇ ਸਾਨੂੰ ਜਾਣਾ ਪੈਂਦਾ ਜਦੋਂ ਕਿ ਇੱਦਾਂ ਦੀ ਐਮਰਜੈਂਸੀ ਹੁੰਦੀ ਆ। ਪਰ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਗਲਤ ਆ, ਕਿਉਂਕਿ ਜਿਹੜੀ 4th ਅਮੈਂਡਮੈਂਟ ਆ ਕੋਨਸਟੀਟਿਊਸ਼ਨ ਦੀ, ਉਹਨੂੰ ਤੁਸੀਂ ਵਾਇਲੇਟ ਨਹੀਂ ਕਰ ਸਕਦੇ ਇਹ ਕਹਿ ਕੇ ਕਿ ਅਸੀਂ ਜਿਹੜਾ ਹੈਗਾ ਲੋਕਾਂ ਦੇ ਮਤਲਬ ਆਪਣੇ ਭਲੇ ਵਾਸਤੇ ਜਾਂ ਕਿਸੇ ਹੋਰ ਜਿਹੜਾ ਕਮਿਊਨਿਟੀ ਦੀ ਵੈਲਫੇਅਰ ਵਾਸਤੇ ਜਾਂ ਪਬਲਿਕ ਇੰਟਰਸਟ ਦੇ ਵਿੱਚ ਜਾਂਦੇ ਹਾਂ, ਅਤੇ ਇਹ 4th ਅਮੈਂਡਮੈਂਟ ਦੀ ਵਾਇਲੇਸ਼ਨ ਆ ਕਿ ਤੁਸੀਂ ਇਹ ਮਤਲਬ ਕਿਸੇ ਦੇ ਘਰ ਇੱਦਾਂ ਨਹੀਂ ਜਾ ਸਕਦੇ। ਅਤੇ ਉਹਨਾਂ ਨੇ ਇਹ ਵੀ ਫਰਕ ਕੀਤਾ ਵੀ ਜਿਹੜੀ ਕਾਰ 'ਚ ਸਰਚ ਕਰਨੀ ਆ ਕਿਸੇ ਦੇ, ਉਹ ਗੱਲ ਵੱਖਰੀ ਆ ਕਿ ਜੇ ਸ਼ੱਕ ਪੈ ਜਾਵੇ ਪੁਲਿਸ ਨੂੰ ਕਿਸੇ ਦੀ ਗੱਡੀ ਰੋਕ ਕੇ ਕਰ ਸਕਦੇ ਆ, ਪਰ ਘਰ ਜਾਣਾ ਹੋਰ ਚੀਜ਼ ਆ। ਸੋ ਇਹਦੇ ਵਾਸਤੇ ਤੁਹਾਨੂੰ ਵਾਰੰਟ ਚਾਹੀਦਾ, ਬਿਨਾਂ ਵਾਰੰਟ ਤੋਂ ਤੁਸੀਂ ਕਿਸੇ ਦੇ ਘਰ ਨਹੀਂ ਜਾ ਸਕਦੇ। ਸੋ ਇਹ ਇੱਕ ਇੰਪੋਰਟੈਂਟ ਜਿਹੜਾ ਡਿਸੀਜਨ ਹੈਗਾ ਜਿਹਦਾ ਕਿ ਪੁਲਿਸਿੰਗ 'ਤੇ ਕਾਫੀ ਫਰਕ ਪੈਣਾ, ਕਿਉਂਕਿ ਅੱਗੇ ਪੁਲਿਸ ਵਾਲੇ ਜਦੋਂ ਕੋਈ ਇਹੋ ਜਿਹੀ ਸਿਚੁਏਸ਼ਨ ਹੁੰਦੀ ਸੀ ਵੀ ਕਿਸੇ ਨੇ ਕਹਿਤਾ ਜੀ ਫਲਾਣਾ ਬੰਦਾ ਸੁਸਾਈਡ ਕਰਨ ਲੱਗਿਆ ਜਾਂ ਫਲਾਣੇ ਕੋਲ ਹਥਿਆਰ ਨੇ, ਤਾਂ ਉੱਦਾਂ ਹੀ ਚਲੇ ਜਾਂਦੇ ਸੀ। ਹੁਣ ਵਾਰੰਟ ਲੈਣਾ ਪਊ ਉਹਨਾਂ ਨੂੰ, ਵਾਰੰਟ ਲੈਣ ਦਾ ਖੈਰ ਵਾਰੰਟ ਵੀ ਇਹਨਾਂ ਲਾਤਾਂ ਜਲਦੀ ਮਿਲ ਜਾਂਦਾ, ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਪ੍ਰੋਸੀਜਰ ਫੋਲੋ ਕਰੋ, ਕਿਉਂਕਿ ਉਹ ਲੋਕਾਂ ਦੇ ਰਾਈਟਸ ਦਾ ਸਵਾਲ ਹੈ ਵੀ ਐਵੇਂ ਜਿਹਦੇ ਮਰਜ਼ੀ ਘਰ ਨਹੀਂ ਤੁਸੀਂ ਜਾ ਸਕਦੇ ਇੱਦਾਂ। ਸੋ ਇਹ ਇੱਕ ਇੰਪੋਰਟੈਂਟ ਜਿਹੜੀ ਖਬਰ ਆ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਆ ਰੰਧਾਵਾ ਸਾਹਿਬ ਕਿ ਜਿਹੜਾ US ਦਾ ਬਰਥ ਰੇਟ ਆ ਇਹ ਲਗਾਤਾਰ 6 ਸਾਲ ਤੋਂ ਘੱਟ ਰਿਹਾ,
ਅਤੇ ਇਹ ਹੁਣ ਇਹਦੇ ਜਿਹੜੀ ਐਤਕੀ ਡਿਕਲਾਈਨ ਆਈ ਆ 2020 ਦੇ ਵਿੱਚ ਉਹ ਡਿਕਲਾਈਨ 4% ਆਈ ਆ ਪਿਛਲੇ ਸਾਲ ਨਾਲੋਂ। ਅਤੇ ਜਿਹੜਾ ਨੈਸ਼ਨਲ ਸੈਂਟਰ ਫੋਰ ਹੈਲਥ ਆ ਉਹਨਾਂ ਨੇ ਕਿਹਾ ਕਿ 6ਵਾਂ ਸਾਲ ਆ ਵੀ ਬਰਥ ਰੇਟ ਘੱਟ ਰਿਹਾ, ਮਤਲਬ ਜਿਹੜੇ ਮਤਲਬ ਬੱਚੇ ਘੱਟ ਪੈਦਾ ਹੋ ਰਹੇ ਆ, ਉਹਦੇ ਕਰਕੇ ਉਹ ਕਹਿ ਰਹੇ ਆ ਵੀ ਗਾਂ ਨੂੰ ਜਿਹੜਾ ਸੋਸ਼ਲ ਸਿਕਿਉਰਿਟੀ ਨੂੰ ਆਪਣਾ ਜਿਉਂਦਾ ਰੱਖਣ ਵਾਸਤੇ ਜਾਂ ਜਿਹੜੀ ਇੱਥੋਂ ਦੀ ਜਿਹੜੀ ਇੰਡਸਟਰੀ ਹੈ ਜਾਂ ਲੇਬਰ ਫੋਰਸ ਹੈ, ਜਿਹੜੀ ਲੇਬਰ ਚਾਹੀਦੀ ਇੰਡਸਟਰੀ ਨੂੰ, ਉਹਨੂੰ ਰੱਖਣ ਵਾਸਤੇ ਸਾਨੂੰ ਇਮੀਗ੍ਰੇਸ਼ਨ ਦੀ ਜ਼ਿਆਦਾ ਲੋੜ ਪੈਣੀ ਆ। ਕਿਉਂਕਿ ਇਮੀਗ੍ਰੇਸ਼ਨ ਹੀ ਇਹਨੂੰ ਜਿਹੜਾ ਸਪਲੀਮੈਂਟ ਕਰ ਸਕਦੀ ਆ। ਉਹ ਤੋਂ ਇਲਾਵਾ ਜਿਹੜੀ ਸੋਸ਼ਲ ਸਿਕਿਉਰਿਟੀ ਆ, ਜਿਹ 'ਚ ਆਪਾਂ ਪੈਸੇ ਘਟਾਉਂਦੇ ਹਾਂ, ਜੇ ਉਹਦੇ 'ਚ ਜਿਹੜੀ ਵਰਕ ਫੋਰਸ ਹੀ ਨਾ ਰਹੀ ਪੈਸੇ ਜਮ੍ਹਾਂ ਕਰਾਉਣ ਵਾਲੀ, ਤਾਂ ਉਹਨੂੰ ਫਿਰ ਗਾਂ ਵਾਸਤੇ ਅਸਰ ਪਏਗਾ। ਅਤੇ ਇਸ ਕਰਕੇ ਹੁਣ ਦੇਖਦੇ ਹਾਂ ਗਾਂ ਨੂੰ ਅਮਰੀਕਨ ਸਰਕਾਰ ਜਿਹੜੀ ਆ ਉਹ ਕੀ ਇਹਦੇ ਬਾਰੇ ਐਕਸ਼ਨ ਲੈਂਦੀ ਆ। ਬਹੁਤ ਅੱਛੇ ਜੀ, ਬੜੀ ਵਧੀਆ ਗੱਲ ਹੈ ਕਿ ਜੇ ਬਰਥ ਰੇਟ ਘੱਟ ਆ ਅਤੇ ਜਿਹੜੇ ਨਵੇਂ ਬੰਦੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਜ਼ਿਆਦਾ ਜਿਹੜਾ ਚਾਂਸ ਮਿਲੇਗਾ। ਪਰ ਸਾਡੇ ਜਿਹੜਾ ਇੰਡੀਆ ਹੈਗਾ ਉੱਥੇ ਸਾਰਾ ਕੁਛ ਹੀ ਉਲਟ, ਉੱਥੇ ਜਿਹੜੇ ਹੈਗੇ ਆ ਅਤੇ ਉਹਨਾਂ ਨੂੰ ਵੀ ਸਾਂਭਿਆ ਨਹੀਂ ਜਾਂਦਾ। ਕੋਵਿਡ ਦਾ ਇਸ ਵੇਲੇ ਬਹੁਤ ਜ਼ਿਆਦਾ ਪ੍ਰਕੋਪ ਜਿਹੜਾ ਉਹ ਸਭ ਤੋਂ ਵੱਧ ਜਿਹੜਾ ਦੁਨੀਆ 'ਚ ਉਹ ਹਿੰਦੁਸਤਾਨ 'ਚ ਇਸ ਵੇਲੇ ਦੇਖਣ ਨੂੰ ਮਿਲ ਰਿਹਾ। ਉਹਦੇ ਬਾਰੇ ਕੋਈ ਅਪਡੇਟ ਹੈ, ਕੋਵਿਡ ਬਾਰੇ ਕੀ ਚੱਲ ਰਿਹਾ ਜੀ ਇਸ ਵੇਲੇ? ਰੰਧਾਵਾ ਸਾਹਿਬ, ਇਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਕੋਵਿਡ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਇਹ ਬਹੁਤ ਜ਼ਿਆਦਾ ਉੱਥੇ ਖਤਰਨਾਕ ਹੈ ਅਤੇ ਕਈ ਕੇਸ ਜਿਹੜੇ ਰਿਪੋਰਟ ਨਹੀਂ ਹੋ ਰਹੇ, ਕਿਉਂਕਿ ਕਈ ਇੱਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਕਿ ਆਪਣੇ ਘਰਾਂ 'ਚ ਕੁਆਰੰਟਾਈਨ ਹੋਇਆ, ਘਰ 'ਚ ਇਲਾਜ ਕਰਾਈ ਜਾਂਦੇ ਆ, ਉੱਥੇ ਡੈਥ ਹੋ ਜਾਵੇ ਤਾਂ ਉੱਥੇ ਸੰਸਕਾਰ ਕਰ ਦਿੰਦੇ ਆ, ਉਹਨਾਂ ਦੇ ਅੰਕੜੇ ਸਾਹਮਣੇ ਹੀ ਨਹੀਂ ਆ ਰਹੇ। ਅਤੇ ਬਲਕਿ ਇਹਦੇ ਉੱਤੇ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਜ਼ਿਆਦਾ ਜਿਹੜੀ ਐਕਸਪਲੋਇਟੇਸ਼ਨ ਵੀ ਹੋ ਰਹੀ ਹੈ ਲੋਕਾਂ ਦੀ, ਜੋ ਕਿ ਬਹੁਤ ਮਾੜੀ ਗੱਲ ਆ। ਇਹ ਪਤਾ ਲੱਗਿਆ ਲੋਕ ਐਂਬੂਲੈਂਸਾਂ ਦੇ ਨਾਂ 'ਤੇ ਲੋਕਾਂ ਤੋਂ ਜ਼ਿਆਦਾ ਪੈਸੇ ਲੈ ਰਹੇ ਆ, ਲੋਕ ਜਿਹੜੇ ਹੈਗੇ ਆ ਉਹ ਦਵਾਈਆਂ ਦੇ ਨਾਂ 'ਤੇ ਲੈ ਰਹੇ ਆ, ਵੈਂਟੀਲੇਟਰ ਜਿਹੜੇ ਮਤਲਬ ਸਰਕਾਰ ਨੇ ਕਈ ਥਾਂ 'ਤੇ ਭੇਜੇ ਆ ਉਹ ਚੱਲੇ ਹੀ ਨਹੀਂ। ਅਤੇ ਜਿਹੜੇ ਸਰਕਾਰੀ ਹੌਸਪਿਟਲਾਂ ਦੇ ਵਿੱਚ ਹਾਲ ਬਹੁਤ ਮਾੜਾ, ਉਹਦੇ ਕਰਕੇ ਲੋਕ ਪ੍ਰਾਈਵੇਟ ਜਾ ਰਹੇ ਆ ਅਤੇ ਪ੍ਰਾਈਵੇਟ ਵਾਲੇ ਐਕਸਪਲੋਇਟ ਕਰ ਰਹੇ ਆ। ਸੋ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ। ਅਸੀਂ ਤਾਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਉੱਥੇ ਹਾਲਾਤ ਠੀਕ ਹੋਣ, ਲੋਕਾਂ ਦੀਆਂ ਜਾਨਾਂ ਜਿਹੜੀਆਂ ਨਾ ਜਾਣ, ਕਿਉਂਕਿ ਕਿਸੇ ਬੰਦੇ ਦੀ ਵੀ ਜਾਨ ਜਾਣੀ ਬਿਮਾਰੀ ਕਰਕੇ ਬਹੁਤ ਮੰਦਭਾਗੀ ਆ। ਹੁਣ ਪਿੱਛੇ ਜੇ ਖਬਰ ਆਈ ਸੀਗੀ ਕਿ ਇੱਕ ਬੰਦਾ ਉਹਨੇ ਆਪਣੀ ਬੇਟੀ ਦੀ ਲਾਸ਼ ਜਿਹੜੀ ਮੋਢੇ 'ਤੇ ਚੱਕੀ ਆ ਅਤੇ ਉਹਦੇ ਮਤਲਬ ਪਿੱਛੇ ਭਰਾ ਤੁਰ ਰਿਹਾ, ਅਤੇ ਇਸ ਕਿਸਮ ਦੀਆਂ ਦੇਖੋ ਵੀ ਮਤਲਬ ਬੰਦੇ ਨੂੰ ਲਾਸ਼ ਵੀ ਆਪਣੇ ਮੋਢੇ 'ਤੇ ਚੱਕ ਕੇ ਲੈ ਕੇ ਜਾਣੀ ਪੈ ਰਹੀ ਆ, ਅਤੇ ਇਸ ਤੋਂ ਵੱਧ ਹੋਰ ਕੀ ਅਨਫੋਰਚੁਨੇਟ ਹੋ ਸਕਦਾ। ਸੋ ਇਸ ਕਰਕੇ ਇਹ ਹਾਲਾਤ ਜਿਹੜੇ ਨੇ ਇਹ ਹੁਣ ਦੇਖੋ ਕਿੰਨਾ ਟਾਈਮ ਲੱਗੂਗਾ, ਕਿਉਂਕਿ ਜਿਹੜੀ ਗੌਰਮੈਂਟ ਵੱਲੋਂ ਤਾਂ ਬਹੁਤੀ ਹੈਲਪ ਹੈ ਨਹੀਂ ਕੋਈ ਵੀ, ਨਾ ਤਾਂ ਉੱਥੇ ਕੋਈ ਵੈਕਸੀਨ ਹੀ ਆ ਉਸ ਲੈਵਲ ਦੀ। ਬਲਕਿ ਮੈਂ ਹੈਰਾਨ ਹਾਂ ਕਈ ਬੰਦਿਆਂ ਤੋਂ, ਰੰਧਾਵਾ ਸਾਹਿਬ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਕੋਵਿਡ ਹੋਇਆ ਜਾਂ ਉਹਨਾਂ ਦੀ ਈਵਨ ਡੈਥ ਵੀ ਹੋਈ ਆ, ਉਹਨਾਂ ਦੇ ਵੈਕਸੀਨ ਲੱਗੀ ਸੀ ਉੱਥੇ। ਸੋ ਮੈਨੂੰ ਇਹ ਨਹੀਂ ਪਤਾ ਵੀ ਉੱਥੋਂ ਦੀ ਵੈਕਸੀਨ ਕਿੰਨੀ ਕੁ ਇਫੈਕਟਿਵ ਹੈ, ਕਿਉਂਕਿ 2-3 ਖਬਰਾਂ ਤਾਂ ਮੈਂ ਸੁਣੀਆਂ ਨੇ ਜਿਹੜੇ ਕਿ ਅੱਗੇ ਤੋਂ ਅੱਗੇ ਮਤਲਬ ਸਾਡੇ ਜਾਣਨ ਵਾਲੇ ਸੀਗੇ, ਅਤੇ ਉਹਨਾਂ 'ਚ ਇੱਕ ਬੰਦਾ ਦਾਖਲਾ ਹੋਸਪਿਟਲ 'ਚ ਠੀਕ ਹੋ ਗਿਆ, ਇੱਕ ਦੀ ਡੈਥ ਵੀ ਹੋ ਗਈ ਆ, ਉਹ ਦੋਨਾਂ ਦੇ ਹੀ ਜਿਹੜੀ ਵੈਕਸੀਨ ਲੱਗੀ ਸੀਗੀ। ਸੋ ਜੇ ਵੈਕਸੀਨ ਲੱਗੀ ਆ ਤਾਂ ਉਸ ਤੋਂ ਬਾਅਦ ਇਹ ਹਾਲਤ ਹੋਈ ਆ ਉਹਨਾਂ ਦੀ, ਅਤੇ ਇਹਦਾ ਮਤਲਬ ਹੈ ਵੀ ਉਹ ਵੈਕਸੀਨ ਜਾਂ ਹਾਂਜੀ ਜਾਂ ਤਾਂ ਵੈਕਸੀਨ ਇਫੈਕਟਿਵ ਨਹੀਂ, ਅਤੇ ਜਾਂ ਉਹ ਸਟੇਨ ਹੀ ਇੱਦਾਂ ਦਾ ਜਿਹੜਾ ਹੁਣ ਨਵਾਂ ਚੱਲ ਪਿਆ ਵੀ ਉਹ ਵੈਕਸੀਨ ਉੱਤੇ ਅਸਰ ਨਹੀਂ ਕਰਦੀ। ਇਹ ਵੀ ਹੋ ਸਕਦਾ ਕਿ ਜਿਹੜਾ ਸਟੇਨ ਆ ਉਹ ਇਸ ਕਿਸਮ ਦਾ ਆ ਗਿਆ ਵੀ ਜਿਹੜਾ ਵਾਇਰਸ ਆ ਉਹ ਵੈਕਸੀਨ ਨੂੰ ਰਜਿਸਟ ਕਰ ਰਿਹਾ। ਸੋ ਇਹ ਹੋਰ ਵੀ ਖਤਰਨਾਕ ਆ। ਸੋ ਹੁਣ ਦੇਖਣ ਵਾਲੀ ਗੱਲ ਆ ਕਿ ਆਉਂਦੇ ਦਿਨਾਂ ਦੇ ਵਿੱਚ ਸਰਕਾਰ ਉੱਥੇ ਕੀ ਕਰਦੀ ਆ ਅਤੇ ਕਿਸ ਤਰ੍ਹਾਂ ਹੁੰਦਾ, ਪਰ ਅਸੀਂ ਦੁਆ ਕਰਦੇ ਹਾਂ ਕਿ ਉੱਥੋਂ ਦੇ ਹਾਲਾਤ ਠੀਕ ਹੋਣ, ਲੋਕਾਂ ਦੀਆਂ ਜਾਨਾਂ ਨਾ ਜਾਣ। ਦੋਸਤੋ, ਇਹ ਸੀ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਦਾ ਪਹਿਲਾ ਭਾਗ, ਜਿਸ ਵਿੱਚ ਸਰ ਜਸਪ੍ਰੀਤ ਸਿੰਘ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਸੁਪਰੀਮ ਕੋਰਟ ਦੀ ਕੀ ਚੇਂਜਸ ਆਈਆਂ, H-1B ਵੀਜ਼ੇ ਦੀ ਕੀ ਚੇਂਜਸ ਆਈਆਂ, ਅਤੇ ਨਿਊਯਾਰਕ ਦੀ ਕੋਰਟ ਬਾਰੇ ਉਹਨਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਉਹ ਖੁੱਲ੍ਹ ਗਈਆਂ ਅਤੇ ਕੰਮ ਜਿਹੜਾ ਉਹ ਬਹੁਤ ਜਲਦੀ ਨਾਲ ਹੁਣ ਉੱਥੇ ਹੋਣਾ ਸ਼ੁਰੂ ਹੋ ਜਾਏਗਾ। ਇਸ ਦੇ ਨਾਲ ਨਾਲ ਕਿਉਂਕਿ ਸਾਨੂੰ, ਅਸੀਂ ਬਾਹਰ ਅਮੈਰੀਕਾ ਵਿੱਚ ਬੈਠੇ ਹਾਂ ਅਤੇ ਸਾਨੂੰ ਚਿੰਤਾ ਹੁੰਦੀ ਆ ਜਿੱਥੋਂ ਅਸੀਂ ਆਏ ਹਾਂ ਉੱਥੇ ਜਿਹੜੀ ਇਸ ਵੇਲੇ ਹਾਲਾਤ ਆ ਉਹ ਬਹੁਤ ਮਾੜੇ ਆ, ਉਹਦੇ ਬਾਰੇ ਵੀ ਡਿਸਕਸ ਕਰਨੀ ਬੜੀ ਜ਼ਰੂਰੀ ਹੁੰਦੀ ਆ। ਇਸ ਤੋਂ ਬਾਅਦ ਅਸੀਂ ਆਪਣਾ ਦੂਜਾ ਭਾਗ ਸ਼ੁਰੂ ਕਰਾਂਗੇ, ਜਿਸ ਵਿੱਚ ਤੁਹਾਡੇ ਵੱਲੋਂ ਸਵਾਲ ਜਿਹੜੇ ਸੀਗੇ ਉਹ ਭੇਜੇ ਹੋਏ ਆ ਇਮੀਗ੍ਰੇਸ਼ਨ ਬਾਬਤ, ਉਹਦੇ ਜਵਾਬ ਸਰ ਜਸਪ੍ਰੀਤ ਸਿੰਘ ਦੂਜੇ ਪਾਰਟ ਵਿੱਚ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਦੂਜੇ ਪਾਰਟ ਲਈ ਥੋੜ੍ਹੀ ਜਿਹੀ ਬ੍ਰੇਕ ਲਈਏ, ਇੱਕ ਜ਼ਰੂਰੀ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦੇ ਹਾਂ। ਤੁਸੀਂ ਵੀ ਕੋਈ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਪੁੱਛਣਾ ਤਾਂ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਯੂਟਿਊਬ ਚੈਨਲ ਵੀ ਉਹੀ ਨਾਂ ਆ ਜੋ ਸਾਡੇ ਟੀ ਵੀ ਦਾ, ਪੰਜਾਬ ਮੇਲ USA, ਉਹਨੂੰ ਸਬਸਕ੍ਰਾਈਬ ਕਰੋ ਅਤੇ ਉਹਦੇ ਵਿੱਚ ਆਪਣਾ ਜੇ ਕੋਈ ਇਮੀਗ੍ਰੇਸ਼ਨ ਸੰਬੰਧੀ ਸਵਾਲ ਆ ਉਹਦੇ ਬਾਰੇ ਉੱਥੋਂ ਤੁਸੀਂ ਲਿਖ ਕੇ ਪੁੱਛ ਸਕਦੇ ਹੋ। ਇਸ ਦੇ ਨਾਲ ਨਾਲ ਹੀ ਸਾਡੀ ਇੱਕ ਐਪ ਵੀ ਆ, ਪੰਜਾਬ ਮੇਲ USA ਐਪ ਡਾਊਨਲੋਡ ਕਰੋ। ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਹੈ, ਚਾਹੇ ਤੁਹਾਡੇ ਕੋਲ ਆਈਫੋਨ ਹੈ, ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ। ਵਰਲਡ ਵਾਈਡ ਕਿਤੇ ਵੀ ਬੈਠੇ ਸਾਡਾ 24 ਓਵਰ ਜਿਹੜਾ ਚੈਨਲ ਹੈ
ਉਹ ਵੀ ਤੁਸੀਂ ਵਾਚ ਕਰ ਸਕਦੇ ਹੋ। ਇਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਚਾਹਾਂਗੇ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। Jaspreet Singh, attorney at law, New York and California. Immigration, deportation, defense, appeals, family law, ate bankruptcy lai sampark karo. More than 17 years of legal experience. Jaspreet Singh, attorney at law. US immigration and politics de dooje bhag vich ek vari phir aap sab da swagat. Sardar Jaspreet Singh sade naal, oh tuhanu hun tuhade jehde bheje hoye sawal YouTube channel te hai ohde jawab denge immigration sambandhi। ਸਰ ਜਸਪ੍ਰੀਤ ਸਿੰਘ ਜੀ, ਤੁਹਾਡਾ ਜਿਹੜਾ ਪਹਿਲਾਂ ਆਡੀਅੰਸ 'ਚੋਂ ਪੁੱਛ ਰਹੇ ਸਵਾਲ ਉਹ ਹੈ ਕਿ ਕੀ ਅਸਾਈਲਮ ਕੇਸ ਪਾਸ ਹੋਣ ਤੋਂ ਬਾਅਦ ਗ੍ਰੀਨ ਕਾਰਡ ਮਿਲ ਜਾਂਦਾ? ਦਾਵਾ ਸਾਹਿਬ ਇੱਦਾਂ ਆ ਵੀ ਜਦੋਂ ਅਸਾਈਲਮ ਦਾ ਕੇਸ ਕਿਸੇ ਦਾ ਪਾਸ ਹੁੰਦਾ ਜਾਂ ਕਿਸੇ ਲੈਵਲ 'ਤੇ ਵੀ ਹੋਵੇ, ਅਸਾਈਲਮ ਆਫਿਸ 'ਚ ਹੋਵੇ, ਕੋਰਟ 'ਚ ਹੋਵੇ, ਉਹ ਬੰਦਾ 1 ਸਾਲ ਬਾਅਦ ਗ੍ਰੀਨ ਕਾਰਡ ਅਪਲਾਈ ਕਰ ਸਕਦਾ। ਸੋ 1 ਸਾਲ ਬਾਅਦ ਉਹ ਅਪਲਾਈ ਕਰਦਾ, ਉਹਨੂੰ ਫਿਰ ਆਉਣ ਨੂੰ ਟਾਈਮ ਲੱਗ ਰਿਹਾ। ਅੱਜ ਕੱਲ੍ਹ ਗ੍ਰੀਨ ਕਾਰਡ ਆਉਣ ਨੂੰ 1.5 ਤੋਂ 2 ਸਾਲ ਲੱਗ ਰਹੇ ਆ, ਪਰ 1 ਸਾਲ ਬਾਅਦ ਉਹ ਅਪਲਾਈ ਕਰ ਸਕਦਾ। ਜੀ ਜੀ, ਮਤਲਬ ਕੇਸ ਪਾਸ ਹੋਣ ਤੋਂ ਬਾਅਦ, ਪਾਸ ਹੋਣ ਤੋਂ 1 ਸਾਲ ਬਾਅਦ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਿਹਾ ਜੀ, ਸਾਡੇ ਤਾਇਆ ਜੀ ਦਾ ਲੜਕਾ USA 'ਚ ਹੈ, ਕੀ ਅਸੀਂ ਫੈਮਿਲੀ ਵੀਜ਼ਾ ਅਪਲਾਈ ਕਰ ਸਕਦੇ ਹਾਂ? ਦੇਖੋ, ਜੇ ਤਾਂ ਕੋਈ ਪਟੀਸ਼ਨ ਵਗੈਰਾ ਇਹਨਾਂ ਦੀ ਹੋਈ ਆ ਫਿਰ ਤਾਂ ਔਖਾ ਆ, ਕਿਉਂਕਿ ਜੇ ਪਟੀਸ਼ਨ ਹੋਈ ਹੋਵੇ ਫਿਰ ਉਹ ਵਿਜ਼ਟਰ ਵੀਜ਼ਾ ਨਹੀਂ ਦਿੰਦੇ। ਜੇ ਨਹੀਂ ਹੋਈ ਤਾਂ ਵਿਜ਼ਟਰ ਵੀਜ਼ਾ ਲੈ ਸਕਦੇ ਆ, ਪਰ ਜਿਹੜੀ ਇਮੀਗ੍ਰੈਂਟ ਪਟੀਸ਼ਨ ਆ ਉਹ ਸਿਰਫ ਬਲੱਡ ਰਿਲੇਸ਼ਨ ਹੀ ਕਰ ਸਕਦਾ। ਜਿਵੇਂ ਜੇ ਇਹਨਾਂ ਦਾ ਤਾਇਆ ਜੀ ਦਾ ਲੜਕਾ ਇੱਥੇ ਹੈਗਾ, ਉਹ ਜਾਂ ਤਾਂ ਆਪਣੇ ਫਾਦਰ ਦਾ ਕਰ ਸਕਦਾ ਅਪਲਾਈ, ਜਾਂ ਆਪਣੇ ਸਗੇ ਭੈਣ ਭਰਾ ਦਾ ਕਰ ਸਕਦਾ, ਲੇਕਿਨ ਇਹਨਾਂ ਦਾ ਨਹੀਂ ਅੱਗੇ ਅਪਲਾਈ ਕਰ ਸਕਦਾ। ਇਹ ਤਾਂ ਵਿਜ਼ਟਰ ਵੀਜ਼ਾ ਟਰਾਈ ਕਰ ਸਕਦੇ ਆ। ਓਕੇ, ਅਗਲਾ ਸਵਾਲ ਹੈ ਜੀ, B1 B2 ਵੀਜ਼ਾ ਦੀ ਕੀ ਅਪਡੇਟ ਹੈ, ਕਿ USA Embassy 'ਚ ਇਹ ਅਸੀਂ ਹੁਣ ਅਪਲਾਈ ਕਰ ਸਕਦੇ ਹਾਂ ਇੰਡੀਆ 'ਚ? ਰਧਾਵਾ ਸਾਹਿਬ, ਅਮਰੀਕਾ ਨੇ ਬੈਨ ਲਾਇਆ ਹੋਇਆ ਇੰਡੀਆ ਤੋਂ ਫਿਲਹਾਲ, ਸੋ ਇਸ ਕਰਕੇ ਜਿਹੜੀ ਅਮੈਰੀਕਨ ਅੰਬੈਸੀ ਆ ਉੱਥੇ ਵੀ ਇੰਟਰਵਿਊਆਂ ਬੰਦ ਹੈਗੀਆਂ, ਮਈ ਦੀਆਂ, ਅਪ੍ਰੈਲ ਦੀਆਂ, ਸ਼ਾਇਦ ਜੂਨ ਦੀਆਂ ਵੀ ਹੋ ਜਾਣ, ਅਤੇ ਇਸ ਕਰਕੇ ਵਿਜ਼ਟਰ ਵੀਜ਼ਾ ਤਾਂ ਨਹੀਂ ਹੁਣ ਮਿਲ ਸਕਦਾ। ਪਰ ਜੇ ਕਿਸੇ ਕੋਲ ਹੈਗਾ ਉਹ ਅੱਗੇ ਆ ਸਕਦਾ ਸੀ, ਪਰ ਹੁਣ ਕਿਉਂਕਿ ਬੈਨ ਲੱਗਿਆ ਇਹਦੇ ਕਰਕੇ ਉਹ ਵੀ ਨਹੀਂ ਆ ਸਕਦਾ। ਹੁਣ ਸਿਰਫ ਹੁਣ ਗ੍ਰੀਨ ਕਾਰਡ ਹੋਲਡਰ ਦੇ ਸਿਟੀਜ਼ਨ ਹੀ ਆ ਸਕਦੇ ਆ, ਸੋ ਅਜੇ ਵਿਜ਼ਟਰ ਵੀਜ਼ਾ ਨਹੀਂ ਅਪਲਾਈ ਕਰਨ ਦਾ ਕੋਈ ਫਾਇਦਾ। ਅਗਲੇ ਦਰਸ਼ਕ ਸਾਡੇ ਲਿਖ ਰਹੇ ਜੀ, R1 ਕੈਟਾਗਰੀ ਦੀ ਕੀ ਅਪਡੇਟ ਆ, ਕੀ ਇਹ ਖੁੱਲ੍ਹਾ ਹੈ? R1 ਕੈਟਾਗਰੀ ਤਾਂ ਜਿਹੜੀ ਹੈਗੀ ਆ ਉਹ ਹਮੇਸ਼ਾ ਹੀ ਖੁੱਲ੍ਹੀ, ਉੱਥੇ ਤਾਂ ਪਹਿਲਾਂ ਵੀ ਬੈਨ ਨਹੀਂ ਸੀ ਲੱਗਿਆ, ਲੇਕਿਨ ਅੰਬੈਸੀ 'ਚ ਹੁਣ ਇੰਟਰਵਿਊਆਂ ਨਹੀਂ ਹੋ ਰਹੀਆਂ, ਉਹਦੇ ਕਰਕੇ ਜਿਹੜੀ ਜੇ ਕਿਸੇ ਦਾ ਅਪਲਾਈ ਵੀ ਹੋਇਆ ਤਾਂ ਉਹਦੀ ਇੰਟਰਵਿਊ ਨਹੀਂ ਹੋਣੀ। ਪਰ ਜੇ ਕੋਈ ਬੰਦੇ ਨੇ ਇੱਥੇ R1 ਕੀਤਾ ਅਮਰੀਕਾ ਦੇ ਵਿੱਚ ਆ ਕੇ, ਜਾਂ ਇੱਥੇ ਐਕਸਟੈਂਡ ਕਰਾਇਆ, ਉਹ 'ਤੇ ਕੋਈ ਬੈਨ ਨਹੀਂ ਹੈਗਾ, ਉਹ ਕਰ ਸਕਦਾ, ਪਰ ਇੰਡੀਆ ਦੇ ਵਿੱਚ ਅਜੇ ਅੰਬੈਸੀ 'ਚ ਇੰਟਰਵਿਊਆਂ ਨਹੀਂ ਹੋ ਰਹੀਆਂ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਜੀ, ਕਿ 2006 'ਚ ਫੈਮਿਲੀ ਵੀਜ਼ਾ ਅਪਲਾਈ ਹੋਇਆ ਸੀ, ਉਦੋਂ ਉਮਰ 26 ਸਾਲ ਦੀ ਹੋ ਗਈ ਆ, ਹੁਣ 26 ਸਾਲ ਦੀ ਹੋ ਗਈ ਆ, ਕੀ ਕੁਝ ਹੋ ਸਕਦਾ? 26 ਸਾਲ ਦੀ ਉਮਰ ਹੋ ਗਈ ਆ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋ ਸਕਦੇ ਆ, ਕਿਉਂਕਿ ਲੇਕਿਨ ਉਹਦੀ ਇੱਕ ਕੈਲਕੂਲੇਸ਼ਨ ਹੁੰਦੀ ਆ, ਖਾਸ ਉਹ 'ਚ ਦੇਖਣਾ ਪੈਂਦਾ ਵੀ ਜਦੋਂ ਅਪਲਾਈ ਕੀਤਾ ਸੀ ਉਹ ਡੇਟ ਕੀ ਆ, ਜਦੋਂ ਅਪਰੂਵਲ ਆਈ ਉਦੋਂ ਕੀ ਆ, ਫਿਰ ਜਿਹੜੀ ਪ੍ਰਾਇਓਰਟੀ ਡੇਟ ਕਦੋਂ ਹੋਣੀ ਆ ਕਰੰਟ, ਅਤੇ ਉਹਦੇ ਵਿੱਚੋਂ ਟਾਈਮ ਕੱਢਿਆ ਜਾਂਦਾ ਜਿੰਨੀ ਉਮਰ ਹੁੰਦੀ ਆ ਉਹ 'ਚੋਂ ਜਿਹੜਾ ਅਪਲਾਈ ਅਤੇ ਅਪਰੂਵਲ ਦਾ ਟਾਈਮ ਆ। ਫਿਰ ਜੇ 21 ਸਾਲ ਤੋਂ ਘੱਟ ਰਹਿ ਜੇ ਤਾਂ ਉਹ ਕਵਰ ਹੋ ਜਾਂਦਾ, ਥੋੜ੍ਹਾ ਜਿਹਾ ਕੰਪਲੀਕੇਟਡ ਆ, ਪਰ ਇਹ ਜਿਹੜਾ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋਣਗੇ ਤਾਂ ਫਿਰ ਹੋ ਸਕਦਾ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਿਹਾ ਜੀ, ਕਿ 2013 'ਚ ਉਹਨਾਂ ਨੇ F4 ਅਪਲਾਈ ਕੀਤਾ ਸੀ, ਅਤੇ ਹੁਣ ਅਸੀਂ ਜੇ F3 ਕੈਟਾਗਰੀ ਤਬਦੀਲ ਕਰੀਏ ਤਾਂ ਉਹ ਹੋ ਸਕਦਾ, ਇਹਦਾ ਕੀ ਪ੍ਰੋਸੀਜਰ? ਤਬਦੀਲ ਨਹੀਂ, ਇਸ ਤਰ੍ਹਾਂ ਹੁੰਦਾ ਰਧਾਵਾ ਸਾਹਿਬ, ਉਹਨਾਂ ਨੂੰ ਕੇਸ ਹੀ ਐਡ ਕਰਨਾ ਪੈਣਾ। ਸੋ F4 ਕੈਟਾਗਰੀ ਦਾ ਭਰਾ ਭੈਣ ਦੀ ਕੈਟਾਗਰੀ ਆ, ਅਤੇ ਜਿਵੇਂ US ਸਿਟੀਜ਼ਨ ਨੇ ਆਪਣੇ ਭਰਾ ਜਾਂ ਭੈਣ ਲਈ ਅਪਲਾਈ ਕੀਤਾ, ਜਿਹੜੀ ਰਧਾਵਾ ਸਾਹਿਬ F3 ਕੈਟਾਗਰੀ ਆ ਉਹ ਹੈਗੀ ਆ ਵੀ US ਸਿਟੀਜ਼ਨ ਆਪਣੇ ਮੈਰਿਡ ਬੱਚਿਆਂ ਦਾ ਅਪਲਾਈ ਕਰਦਾ। ਇਹਨਾਂ ਦਾ ਮਤਲਬ ਕਹਿਣ ਦਾ ਇਹ ਆ ਵੀ ਇਹਨਾਂ ਦਾ ਪਹਿਲਾਂ ਜਿਹੜਾ ਭਰਾ ਭੈਣ ਨੇ ਅਪਲਾਈ ਕੀਤਾ ਅਤੇ ਹੁਣ ਇਹਨਾਂ ਦਾ ਕੋਈ ਪੇਰੈਂਟ ਜਿਹੜਾ ਫਾਦਰ ਮਦਰ ਉਹ ਸਿਟੀਜ਼ਨ ਹੋ ਗਏ ਆ ਅਤੇ ਉਹ ਅਪਲਾਈ ਕਰਨ, ਜਿਹੜਾ ਤਾਂ F4 ਆ ਉੱਤੇ ਇਸ ਟਾਈਮ ਚੱਲ ਰਿਹਾ 15 ਅਪ੍ਰੈਲ 2005, ਅਤੇ F3 ਚੱਲ ਰਿਹਾ ਜੀ 22 ਅਗਸਤ 2008, ਅਤੇ 3 ਕੁ ਸਾਲ ਦਾ ਫਰਕ ਹੈਗਾ। ਪਰ ਉਹਨਾਂ ਨੂੰ ਦੁਬਾਰਾ ਅਪਲਾਈ ਕਰਨਾ ਪੈਣਾ, ਉਹ 'ਚ ਕਨਵਰਟ ਨਹੀਂ ਉਹ ਹੋਣਾ ਵੀ ਦੁਬਾਰਾ ਅਪਲਾਈ ਕਰ ਸਕਦੇ ਨੇ ਪੇਰੈਂਟਸ ਵੱਲੋਂ, ਪਰ ਉਹ ਹੁਣ ਤੋਂ ਹੀ ਸ਼ੁਰੂ ਹੋਊਗਾ ਉਹਨੂੰ, ਹੁਣ ਦੇਖੋ ਕਿੰਨਾ ਟਾਈਮ ਲੱਗੂਗਾ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਆ ਜੀ, ਕਿ ਜੇ ਅਮਰੀਕਾ 'ਚ ਕਿਸੇ ਨੇ ਸਰਕਾਰੀ ਹੈਲਪ ਜਾਂ ਕੋਈ ਬੈਨੀਫਿਟ ਨਾ ਲਿਆ ਹੋਵੇ ਤਾਂ ਕੀ ਉਹਨਾਂ ਦੇ ਕੇਸ ਜਲਦ ਪਾਸ ਹੋ ਜਾਂਦੇ? ਰਧਾਵਾ ਸਾਹਿਬ, ਇਸ ਤਰ੍ਹਾਂ ਆ, ਇਹ ਨਹੀਂ ਫਰਕ ਪੈਂਦਾ ਕੋਈ ਜਿਹੜਾ ਸਰਕਾਰੀ ਬੈਨੀਫਿਟ ਲੈਣ ਦਾ ਜਾਂ ਜਲਦੀ ਪਾਸ ਜਾਂ ਲੇਟ ਦਾ, ਉਹਦਾ ਪ੍ਰਾਇਓਰਟੀ ਡੇਟਸ ਹੁੰਦੀਆਂ ਨੇ ਵੀ ਜਿਹੜੀ ਕਿ ਜਿਵੇਂ ਹੁਣ ਆਪਾਂ ਫਾਈ ਕਰੋ ਹੁਣ 15 ਅਪ੍ਰੈਲ 2005 ਚੱਲ ਰਿਹਾ, ਇਹਦੇ 'ਚ ਇਹ ਫਰਕ ਨਹੀਂ ਪੈਂਦਾ ਵੀ ਕਿਸੇ ਨੇ ਸਰਕਾਰੀ ਬੈਨੀਫਿਟ ਲਿਆ ਨਹੀਂ ਲਿਆ। ਲੇਕਿਨ ਸਰਕਾਰੀ ਬੈਨੀਫਿਟ ਦਾ ਫਰਕ ਉਦੋਂ ਪੈਂਦਾ ਜਦੋਂ ਤੁਹਾਡੀ ਡੇਟ ਕਰੰਟ ਹੋ ਗਈ, ਤੁਸੀਂ ਅੱਗੇ ਜਿਹੜਾ ਐਫਰਟ ਆ ਸਪੋਰਟ ਵਗੈਰਾ ਭੇਜਿਆ ਉਸ ਟਾਈਮ 'ਤੇ, ਜੇ ਤੁਸੀਂ ਪਬਲਿਕ ਚਾਰਜ ਹੋ ਤਾਂ ਫਿਰ ਤੁਹਾਡਾ ਜਿਹੜਾ ਰੈਲੇਟਿਵ ਆ ਰਿਹਾ
ਚਾਹੇ ਤੁਹਾਡਾ ਹਸਬੈਂਡ ਵਾਈਫ ਆ ਰਿਹਾ ਜਾਂ ਭਰਾ ਭੈਣ ਆ ਰਿਹਾ ਜਾਂ ਮਾਂ ਬਾਪ ਆ, ਉਹਨਾਂ ਨੂੰ ਆਉਣ ਤੋਂ ਰੋਕਿਆ ਜਾ ਸਕਦਾ। ਉਹ ਪਬਲਿਕ ਚਾਰਜ ਦੇ ਰੂਲ ਦੇ ਅੰਡਰ ਆੜਾ ਸਰਕਾਰੀ ਬੈਨੀਫਿਟ ਆ ਜਾਂਦੇ ਨੇ, ਇਸ ਕਰਕੇ ਉਹ ਨਹੀਂ ਲੈਣੇ ਚਾਹੀਦੇ ਜਾਂ ਲੌਂਗ ਟਰਮ ਨਹੀਂ ਲੈਣੇ ਚਾਹੀਦੇ। ਅਤੇ ਇੱਕ ਜਿਹੜੀ ਇਨਕਮ ਹੈਗੀ ਆ ਉਹ 125% ਤੋਂ ਉੱਪਰ ਹੋਣੀ ਚਾਹੀਦੀ ਪਾਵਰਟੀ ਲਾਈਨ ਦਾ ਜਿਹੜਾ ਬੰਦਾ ਅਪਲਾਈ ਕਰਨ ਵਾਲਾ ਵਾ। ਪਰ ਉਹਦੇ ਕਰਕੇ ਇਹ ਨਹੀਂ ਹੁੰਦਾ ਵੀ ਡੇਟ ਜਿਹੜੀ ਪ੍ਰਾਇਓਰਟੀ ਦੀ ਕੋਈ ਪਹਿਲਾਂ ਮਿਲ ਜੂਗੀ, ਲੇਕਿਨ ਜੇ ਤੁਸੀਂ ਪਬਲਿਕ ਚਾਰਜ ਹੈਗੇ ਹੋ ਤਾਂ ਤੁਹਾਨੂੰ ਅੱਗੇ ਜਿਹੜਾ ਹੈਗਾ ਤੁਹਾਡੇ ਰਿਲੇਟਿਵ ਨੂੰ ਵੀਜ਼ਾ ਜਿਹੜਾ ਹੈ ਉਹ ਰੋਕਿਆ ਜਾ ਸਕਦਾ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਇਹ ਹੈਗੀ ਆ ਕਿ ਇਹਦੇ 'ਚ ਹੀ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਇੱਕ ਟਰੰਪ ਸਰਕਾਰ ਨੇ ਅੱਗੇ ਰੂਲ ਬਣਾਇਆ ਸੀਗਾ ਕਿ ਜਿਹੜੇ ਬੰਦੇ ਅਮਰੀਕਾ ਤੋਂ ਅਪਲਾਈ ਹੋਇਆ ਮੈਥੋਂ ਕਿਸੇ ਦਾ ਅਤੇ ਉਹਨੇ ਉੱਧਰੋਂ ਆਉਣਾ, ਉਹ ਉੱਥੋਂ ਹੈਲਥ ਇੰਸ਼ੋਰੈਂਸ ਲੈ ਕੇ ਆਵੇ ਕਿ ਇਹਨਾਂ ਨੇ ਕੀਤਾ ਸੀ ਵੀ ਹੈਲਥ ਇੰਸ਼ੋਰੈਂਸ ਲਿਆਓ। ਹੁਣ ਹੈਲਥ ਇੰਸ਼ੋਰੈਂਸ ਇੰਡੀਆ ਵਾਲੇ ਬੰਦੇ ਨੂੰ ਇੱਥੇ ਮਿਲਦੀ ਨਹੀਂ ਸੀ ਕਿਉਂਕਿ ਉਹਦੇ ਕੋਲ ਸੋਸ਼ਲ ਸਿਕਿਉਰਟੀ ਨੰਬਰ ਹੈ ਨਹੀਂ, ਕੁਛ ਨਹੀਂ, ਉਹਨਾਂ ਤਾਂ ਆਉਣਾ ਇੱਥੇ ਅਜੇ, ਉਹਦੀ ਕਾਫੀ ਪਰੇਸ਼ਾਨੀ ਆਉਂਦੀ ਸੀਗੀ। ਬਾਈਡਨ ਸਰਕਾਰ ਨੇ ਉਹ ਰੂਲ ਵਾਪਸ ਕਰਤਾ, ਇਹਨਾਂ ਨੇ ਉਹ ਰੂਲ ਜਿਹੜਾ ਵਿਦਡਰਾਅ ਕਰ ਲਿਆ। ਹੁਣ ਜੇ ਕਿਸੇ ਨੇ ਆਉਣਾ ਉੱਥੋਂ ਭਰਾ ਭੈਣ ਨੇ ਜਾਂ ਮਾਂ ਬਾਪ ਨੇ ਜਾਂ ਹਸਬੈਂਡ ਵਾਈਫ ਨੇ, ਉਹਨੂੰ ਇੰਡੀਆ ਤੋਂ ਹੈਲਥ ਇੰਸ਼ੋਰੈਂਸ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ, ਉਹ ਇੱਥੇ ਆ ਕੇ ਜਿਹੜਾ ਹੈਗਾ ਉਹ ਆਪਣੀ ਹੈਲਥ ਇੰਸ਼ੋਰੈਂਸ ਲੈ ਸਕਦਾ। ਸੋ ਇਹਦੇ ਤਹਿਤ ਹੀ ਇਹ ਹੈ, ਲੇਕਿਨ ਇਹਦੇ ਨਾਲ ਇਹ ਮਤਲਬ ਇਹ ਨਹੀਂ ਹੈਗਾ ਕਿ ਪ੍ਰਾਇਓਰਟੀ ਡੇਟ ਕੋਈ ਅੱਗੇ ਪਿੱਛੇ ਹੋ ਜੂਗੀ। ਜੀ ਜੀ ਜੀ, ਸਾਡੀ ਪ੍ਰਾਇਓਰਟੀ ਡੇਟ F3 ਕੈਟਾਗਰੀ 'ਚ ਆ ਗਈ ਹੈ। ਅਸੀਂ ਇਸ ਵੇਲੇ US 'ਚ ਟੂਰਿਸਟ ਵੀਜ਼ਾ 'ਤੇ ਹਾਂ। ਕੀ ਅਸੀਂ ਕੈਟਾਗਰੀ ਚੇਂਜ ਕਰਨ ਲਈ ਅਪਲਾਈ ਕਰ ਸਕਦੇ ਹਾਂ ਜਾਂ ਕਿ ਸਾਨੂੰ US ਛੱਡਣਾ ਪਊਗਾ? ਛੱਡਣਾ ਹੀ ਪਊਗਾ ਜੀ, ਕਿਉਂਕਿ ਇਹ ਕੈਟਾਗਰੀ ਇੱਥੇ ਰਹਿ ਕੇ ਚੇਂਜ ਨਹੀਂ ਹੋਣੀ, ਕਿਉਂਕਿ ਅਮਰੀਕਾ ਦੇ ਵਿੱਚ ਸਿਰਫ ਜਿਹੜੀ ਫਸਟ ਪ੍ਰੈਫਰੈਂਸ ਕੈਟਾਗਰੀ ਆ ਜਿਹੜਾ ਕਿ US ਸਿਟੀਜ਼ਨ ਦੇ ਹਸਬੈਂਡ ਵਾਈਫ ਨੇ ਜਾਂ ਮਾਂ ਬਾਪ ਹੈ ਉਹੀ ਇੱਥੇ ਰਹਿ ਕੇ ਜਾਂ ਓਵਰ ਸਟੇ ਕਰਕੇ ਗ੍ਰੀਨ ਕਾਰਡ ਲੈ ਸਕਦੇ ਆ, ਜਿਹੜੇ ਦੂਜੇ ਆ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਸੋ ਇਸ ਕਰਕੇ ਇਹਨਾਂ ਦੀ ਐਂਟਰੀ ਜਿੰਨੀ ਉਹਦੇ ਵਿੱਚ ਵਾਪਸ ਚਲੇ ਜਾਣ ਅਤੇ ਫਿਰ ਉੱਧਰੋਂ ਉੱਥੋਂ ਲੈ ਕੇ ਆਉਣ ਜ਼ਿਆਦਾ ਬੈਟਰ ਆ। ਜੇ ਓਵਰ ਸਟੇ ਕਰਕੇ ਤਾਂ ਉੱਥੇ ਬਾਹਰ ਲੱਗ ਜਾਣਾ ਇਹਨਾਂ ਦੇ। ਓਕੇ, ਬੈਟਰ ਆ ਵਾਪਸ ਹੀ। ਹਾਂਜੀ ਹਾਂਜੀ। ਅੱਗੇ ਅਗਲਾ ਸਵਾਲ ਜਿਹੜਾ ਹੈਗਾ, ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪੁੱਛਿਆ ਕਿ ਵੱਖ ਵੱਖ ਕੈਟਾਗਰੀ 'ਚ ਹੈਗਾ, ਕਹਿੰਦੇ ਵੀ ਅਸੀਂ ਡੌਕਸ ਆਪਣੇ ਡਾਕੂਮੈਂਟ ਜਿਹੜੇ ਆ ਉਹ ਸਬਮਿਟ ਕਰ ਦਿੱਤੇ ਆ, ਇੰਟਰਵਿਊ ਨਹੀਂ ਆ ਰਹੀ ਅੱਜ ਕੱਲ੍ਹ। ਇੰਟਰਵਿਊ ਦਾਵਾ ਸਾਹਿਬ ਆਪਾਂ ਦੱਸ ਕੇ ਹਟੇ ਹਾਂ ਵੀ ਜਿਹੜੀ ਕੋਵਿਡ ਦੀ ਕੰਡੀਸ਼ਨ ਬਹੁਤ ਮਾੜੀ ਆ ਇੰਡੀਆ 'ਚ, ਉਹਦੇ ਕਰਕੇ ਜਿਹੜੀਆਂ ਸਾਰੀਆਂ ਇੰਟਰਵਿਊ ਸੀਗੀਆਂ ਅਪ੍ਰੈਲ ਅਤੇ ਮਈ ਦੀਆਂ ਉਹ ਸਾਰੀਆਂ ਜਿਹੜੀਆਂ ਪੋਸਟਪੋਨ ਹੋ ਗਈਆਂ। ਜੂਨ ਦੀਆਂ ਹੁਣ ਦੇਖਦੇ ਹਾਂ ਹੋਣਗੀਆਂ, ਕੀ ਪਤਾ ਵੀ ਪੋਸਟਪੋਨ ਹੋ ਜਾਣ। ਸੋ ਉਹਦੇ ਕਰਕੇ ਇੰਟਰਵਿਊਜ਼ ਨਹੀਂ ਹੋ ਰਹੀਆਂ, ਅਤੇ ਨਾਲੇ ਜਿਹੜੀਆਂ ਇੰਟਰਵਿਊ ਕਰ ਵੀ ਰਹੇ ਆ ਉਹ ਪਹਿਲਾਂ ਜਿਹੜੇ ਸਿਟੀਜ਼ਨ ਦੇ ਹਸਬੈਂਡ ਵਾਈਫ ਦੀਆਂ ਕਰ ਰਹੇ ਆ, ਕਿਉਂਕਿ ਪਹਿਲੀ ਜਿਹੜੀ ਫਸਟ ਪ੍ਰੈਫਰੈਂਸ ਕੈਟਾਗਰੀ ਉਹ ਆ। ਅਤੇ ਉਹ ਜਦੋਂ ਹੋ ਜਾਣਗੀਆਂ ਉਦੋਂ ਬਾਅਦ ਅਗਲਿਆਂ 'ਤੇ ਜਾਣਾ ਇਹਨਾਂ ਨੇ, ਤੋ ਟਾਈਮ ਲੱਗੂਗਾ। ਬਾਕੀ ਇਹ ਪਰਸਿਊ ਕਰਨ, ਪਤਾ ਕਿ ਜਿਹਨਾਂ ਦਾ ਕੋਈ ਵਕੀਲ ਆ ਉਹ ਪਤਾ ਕਰੇ ਜਾਂ ਇਹ ਪਤਾ ਕਰਦੇ ਰਹਿਣ, ਉਹਨਾਂ ਨੂੰ ਈਮੇਲਾਂ ਕਰਨ, ਅਤੇ ਆਊਗੀ ਤਾਂ ਜ਼ਰੂਰ, ਪਰ ਟਾਈਮ ਲੱਗ ਸਕਦਾ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਿਹਾ ਜੀ, ਫੈਮਿਲੀ ਵੀਜ਼ਾ F4 ਵੀਜ਼ਾ ਕੌਣ ਅਪਲਾਈ ਕਰ ਸਕਦਾ? F4 ਵੀਜ਼ਾ ਤਾਂ ਰੰਧਾਵਾ ਸਾਹਿਬ ਜਿਹੜਾ ਹੈਗਾ ਉਹ ਭੈਣ ਭਰਾ ਅਪਲਾਈ ਕਰ ਸਕਦੇ ਆ, ਕਿ ਜਿਹੜਾ ਕੋਈ ਭੈਣ ਜਾਂ ਭਰਾ ਸਿਟੀਜ਼ਨ ਆ ਉਹ ਆਪਣੇ ਸਗੇ ਭੈਣ ਭਰਾ ਦਾ ਅਪਲਾਈ ਕਰ ਸਕਦਾ, ਉਹ ਆਪਣੇ ਕਜ਼ਨ ਦਾ ਨਹੀਂ ਕਰ ਸਕਦਾ। ਉਹ ਆਪਣੇ ਜਿਹੜੇ ਹੈਗੇ ਆ ਉਹ ਭੈਣ ਭਰਾ ਦੇ ਜਿਹੜੇ ਅਗਾਂਹ ਬੱਚਿਆਂ ਦਾ ਸਿੱਧਾ ਨਹੀਂ ਕਰ ਸਕਦਾ। ਹੁਣ ਜਿਵੇਂ ਕਈ ਕੇਸਾਂ 'ਚ ਜਿਹੜਾ ਹੁੰਦਾ ਭਰਾ ਭੈਣ ਦੀ ਜਿਹੜੀ ਡੈਥ ਹੋ ਜਾਂਦੀ, ਉਹਦੇ ਬੱਚੇ ਹੁੰਦੇ ਉਹਨਾਂ ਦਾ ਨਹੀਂ ਅਪਲਾਈ, ਤੁਹਾਨੂੰ ਆਪਣੇ ਭਰਾ ਭੈਣ ਦਾ ਹੀ ਅਪਲਾਈ ਕਰਨਾ ਪੈਣਾ। ਉਹ ਭਰਾ ਭੈਣ ਦੇ ਨਾਲ ਉਹਨਾਂ ਦੇ ਬੱਚੇ ਆ ਸਕਦੇ ਆ, ਪਰ ਜਿਹੜੀ ਐਪਲੀਕੇਸ਼ਨ ਹੈ ਉਹ ਸਿਰਫ ਸਗਾ ਭੈਣ ਜਾਂ ਸਗੇ ਭਰਾ ਦੀ ਹੋਊਗੀ, ਅਤੇ ਉਹ ਕਿਉਂਕਿ ਜਿਹੜੀ ਬੇਸਿਕਲੀ ਇਹ ਕੈਟਾਗਰੀ ਹੈਗੀ ਬਲੱਡ ਰਿਲੇਸ਼ਨ ਦੀ ਕੈਟਾਗਰੀ ਹੈ। ਹਾਂਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਿਹਾ ਜੀ ਕਿ ਮੇਰੀ ਅਪੀਲ 4 ਸਾਲਾਂ ਤੋਂ 9th ਸਰਕਟ 'ਚ ਪਈ ਹੈ ਅਤੇ ਇੰਨਾ GPS ਵੀ ਪਵਾਇਆ ਹੋਇਆ, ਸਾਨੂੰ ਕੋਈ ਆਪਸ਼ਨ ਹੈ ਇਹਦਾ ਕੋਈ? GPS ਲਾਉਣ ਦੀ ਉਹਨੂੰ ਰਿਕੁਐਸਟ ਕਰ ਸਕਦੇ ਆ, ਥੋੜ੍ਹੀ ਜਿਹੀ ਅੱਗੇ ਨਾਲੋਂ ਤਾਂ ਨਰਮੀ ਹੋਈ ਆ ਰੰਧਾਵਾ ਸਾਹਿਬ ਇਸ ਐਡਮਿਨਿਸਟ੍ਰੇਸ਼ਨ ਨੇ ਪਹਿਲੀ ਨਾਲੋਂ, ਪਰ ਕੋਈ ਗਰੰਟੀ ਨਹੀਂ ਹੈਗੀ ਵੀ ਲਾ ਦੇਣਗੇ ਉਹ। ਸੋ ਟਰਾਈ ਕਰ ਸਕਦੇ ਆ, ਪਰ ਇਹਦੇ 'ਚ ਕੋਈ ਮਤਲਬ ਪੱਕੀ ਸ਼ੋਰਟੀ ਨਹੀਂ ਆਪਾਂ ਕਹਿ ਸਕਦੇ ਵੀ ਲਾ ਹੀ ਦੇਣਗੇ ਉਹ, ਪਰ ਇਹਨਾਂ ਨੂੰ ਕਹਿ ਕੇ ਦੇਖ ਸਕਦੇ ਜੇ ਲਾ ਦੇਣ ਤਾਂ ਉਹਨਾਂ ਨਾਲ ਗੱਲ ਲੱਗੂਗੀ। ਜਿਹੜੀ ਇਹ ਅਟੈਂਡੈਂਸ ਲਵਾਉਣ ਜਾਂਦੇ ਆ ਜਾਂ ਉਹ ਇਹਨਾਂ ਨੂੰ ਜਿਹੜਾ ਹੈਗਾ ਫੋਨ ਕਰਦੇ ਆ ਜਾਂ ਮੋਨੀਟਰ ਕਰਦੇ ਆ, ਉਦੋਂ ਇਹ ਗੱਲ ਕਰ ਸਕਦੇ ਲਾਉਣ ਬਾਰੇ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਹੇ ਜੀ, F4 ਫੈਮਿਲੀ ਵੀਜ਼ਾ August 2011 'ਚ ਅਪਲਾਈ ਕੀਤਾ ਸੀ, 7 ਮਹੀਨੇ ਬਾਅਦ ਅਪਰੂਵਲ ਲੈਟਰ ਵੀ ਆ ਗਈ ਸੀ ਪਰ ਹਾਲੇ ਤੱਕ ਇੰਟਰਵਿਊ ਨਹੀਂ ਆਈ। 2011 'ਚ ਅਪਲਾਈ ਕੀਤਾ ਇਹਨਾਂ ਨੇ F4, ਅਜੇ ਤਾਂ 2005 ਚੱਲਦਾ, ਅਜੇ ਤਾਂ ਬਹੁਤ ਦੂਰ ਆ। ਉਹਨਾਂ ਨੂੰ ਤਾਂ ਗਲਤਫਹਿਮੀ ਹੋ ਗਈ ਨਾ ਵੀ ਸਾਡਾ ਕਹਿੰਦੇ 7 ਮਹੀਨੇ ਬਾਅਦ ਅਪਰੂਵਲ ਆ ਗਈ ਸੀ। ਨਹੀਂ, ਅਪਰੂਵਲ ਤਾਂ ਆ ਗਈ, ਚਲੋ ਅਪਰੂਵਲ ਆਉਣ ਦਾ ਤਾਂ ਕੁਛ ਨਹੀਂ ਹੁੰਦਾ। ਹਾਂਜੀ ਹਾਂਜੀ, ਉਹਦਾ ਅਪਰੂਵਲ ਆਉਣ ਦਾ ਮਤਲਬ ਇਹ ਆ ਵੀ ਕੇਸ ਤੁਹਾਡਾ ਜਿਹੜਾ ਅਪਰੂਵ ਹੋ ਕੇ ਲਾਈਨ 'ਚ ਲੱਗ ਗਿਆ। ਅੱਗੇ ਜਿਹੜੀ ਡੇਟ ਆਉਣੀ ਉਹ ਤਾਂ ਪ੍ਰਾਇਓਰਟੀ ਡੇਟ 2005, ਹੁਣ ਮਤਲਬ 15 ਅਪ੍ਰੈਲ 2005 ਚੱਲ ਰਹੀ ਹੈ। ਅਪਲਾਈ ਕੀਤਾ 2000, ਇਹ ਤਾਂ ਇਹਨੂੰ ਟਾਈਮ ਲੱਗੂਗਾ। ਹੁਣ ਜੇ ਹੁਣ ਇਹਨਾਂ ਨੇ 11 'ਚ ਅਪਲਾਈ ਕੀਤਾ, ਇਹਨੂੰ 5-6 ਸਾਲ ਹੋਰ ਲੱਗਣਗੇ ਜੀ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਿਹਾ ਜੀ, ਮੈਨੂੰ SFO ਏਅਰਪੋਰਟ ਤੋਂ ਕਸਟਮ ਵਾਲਿਆਂ ਨੇ ਵਾਪਸ ਭੇਜ ਦਿੱਤਾ ਸੀ ਅਤੇ 5 ਸਾਲ ਦਾ ਮੇਰੇ 'ਤੇ ਬਾਰ ਲਾ ਦਿੱਤਾ ਗਿਆ, ਕੀ ਕੁਝ ਹੋ ਸਕਦਾ? ਮੇਰਾ ਕੋਈ ਕਸੂਰ ਨਹੀਂ ਸੀ, ਅਤੇ ਕੋਈ ਅਪੀਲ ਕੀਤੀ ਜਾ ਸਕਦੀ ਉਹਦੇ ਬਾਰੇ? ਨਹੀਂ ਜੀ, ਇਹਦੇ 'ਚ ਕੋਈ ਅਪੀਲ ਦਲੀਲ ਨਹੀਂ ਹੁੰਦੀ, ਕਿਉਂਕਿ ਇਹ ਜਿਹੜੀ ਗਵਰਨਮੈਂਟ ਦੀ ਸੋਵਰਨ ਪਾਵਰ ਹੈਗੀ ਆ ਕਿ ਉਹ
ਉਹ ਜਿਹੜਾ ਅਫਸਰ ਬਾਰਡਰ 'ਤੇ ਹੁੰਦਾ ਉਹਦੇ ਕੋਲ ਪੂਰੀ ਤਾਕਤ ਹੈ, ਜਿਹੜੇ ਇਮੀਗ੍ਰੈਂਟ ਵੀਜ਼ੇ ਵਾਲੇ ਉਹਨਾਂ ਨੂੰ ਨਹੀਂ ਰਿਫਿਊਜ਼ ਕਰ ਸਕਦੇ, ਉਹਨਾਂ ਦੇ ਗਾਂਹ ਰਾਈਟਸ ਹੁੰਦੇ ਨੇ ਕੋਰਟਾਂ 'ਚ, ਪਰ ਜਿਹੜਾ ਨੋਨ ਇਮੀਗ੍ਰੈਂਟ ਵੀਜ਼ਾ ਉਹ ਰਿਫਿਊਜ਼ ਹੋ ਸਕਦਾ। ਸੋ ਜੇ ਉਹਨਾਂ ਨੇ ਮਨਾ ਕਰਤਾ ਇਹਦੀ ਕੋਈ ਅਪੀਲ ਨਹੀਂ ਹੋਣੀ, ਉਹ 5 ਸਾਲ ਇਹਨਾਂ ਨੂੰ ਵੇਟ ਹੀ ਕਰਨੀ ਪੈਣੀ ਹੈ, ਹੋਰ ਕੋਈ ਰਸਤਾ ਨਹੀਂ। ਜੀ ਜੀ, ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਿਹਾ ਜੀ ਕਿ 2020 'ਚ USA ਤੋਂ ਡਿਪੋਰਟ ਹੋਇਆ ਸੀ, 5 ਸਾਲ ਦੀ ਬਾਹਰ ਲੱਗੀ ਆ, ਕੀ ਮੈਂ ਦੁਬਾਰਾ ਆ ਸਕਦਾ? 5 ਸਾਲਾਂ ਬਾਅਦ ਤਾਂ ਦੁਬਾਰਾ ਟਰਾਈ ਕਰ ਸਕਦੇ ਨੇ, ਕੋਈ ਪੱਕੀ ਗਰੰਟੀ ਨਹੀਂ ਹੈਗੀ ਕਿ ਵੀਜ਼ਾ ਮਿਲ ਜੂਗਾ ਦੁਬਾਰਾ। ਸੋ ਆਮ ਤੌਰ 'ਤੇ ਜੋ ਇੱਕ ਵਾਰੀ ਬਾਹਰ ਲੱਗੇ ਡਿਨਾਈ ਹੋਵੇ ਦੁਬਾਰਾ ਵੀਜ਼ਾ ਮਿਲਣਾ ਬਹੁਤ ਮੁਸ਼ਕਲ ਆ, ਪਰ ਇਹ ਹੁੰਦਾ ਵੀ ਇਹ ਮਤਲਬ ਟਰਾਈ ਕਰ ਸਕਦੇ 5 ਸਾਲਾਂ ਬਾਅਦ। ਉਦੋਂ ਬਾਅਦ ਫਿਰ ਉਸ ਟਾਈਮ 'ਤੇ ਦੇਖਣਗੇ ਵੀ ਉੱਥੇ ਅਫਸਰ ਕੌਣ ਹੋਊਗਾ, ਕਿਹਨੇ ਇੰਟਰਵਿਊ ਕਰਨੀ ਆ, ਅਤੇ ਇਹਨਾਂ ਨੂੰ ਮਤਲਬ ਇਹ ਮੌਕਾ ਹੋਊਗਾ ਅਪਲਾਈ ਕਰਨ ਦਾ, ਪਰ ਉਹਦਾ ਮਤਲਬ ਇਹ ਨਹੀਂ ਹੈ ਵੀ ਵੀਜ਼ਾ ਮਿਲ ਜੂਗਾ। ਜੀ ਜੀ, ਹਾਂਜੀ। ਅਗਲਾ ਸਵਾਲ ਹੈਗਾ ਜੀ, ਅਸਾਈਲਮ ਲੈਣ ਵਾਲੇ ਆਪਣੀ ਸਪਾਊਸ ਨੂੰ ਕਦੋਂ ਸੱਦ ਸਕਦੇ ਆ? ਦੇਖੋ ਜੀ, ਜਦੋਂ ਸੈਰਮ ਦਾ ਕੇਸ ਪਾਸ ਹੋ ਜਾਂਦਾ ਤੁਸੀਂ ਉਦੋਂ ਹੀ ਅਪਲਾਈ ਕਰ ਸਕਦੇ ਹੋ, ਆਪਣੇ ਹਸਬੈਂਡ ਵਾਈਫ ਦਾ ਤੁਹਾਡੇ ਕੋਲ 2 ਸਾਲ ਦਾ ਟਾਈਮ ਹੁੰਦਾ ਉਹਦੇ ਵਿੱਚ ਅਪਲਾਈ ਕਰਨ ਦਾ, ਉਦੋਂ ਹੀ ਤੁਸੀਂ ਅਪਲਾਈ ਕਰੋ। ਹਸਬੈਂਡ ਵਾਈਫ 'ਤੇ 21 ਸਾਲ ਤੋਂ ਘੱਟ ਬੱਚਿਆਂ ਦਾ, ਉਹਨੂੰ ਅੱਜ ਕੱਲ੍ਹ ਟਾਈਮ ਲੱਗ ਰਿਹਾ, ਇਸ ਕੈਟੇਗਰੀ ਨੂੰ ਵੀ 1.5-2 ਸਾਲ ਲੱਗ ਰਹੇ ਆ, ਪਰ ਅਪਲਾਈ ਤੁਹਾਨੂੰ ਰਾਈਟ ਵੇ ਜਦੋਂ ਕੇਸ ਪਾਸ ਹੋ ਗਿਆ, ਅਤੇ ਜੇ ਗੌਰਮੈਂਟ ਨੇ ਅਪੀਲ ਨਹੀਂ ਕੀਤੀ ਉਹਦੇ ਖਿਲਾਫ਼ ਤਾਂ ਤੁਸੀਂ ਉਦੋਂ ਹੀ, ਜੇਕਰ ਜੇ ਉਹਨਾਂ ਨੇ ਅਪੀਲ ਕਰਤੀ ਫਿਰ ਨਹੀਂ ਅਪਲਾਈ ਹੋਣਾ ਉਹ। ਸੋ ਜੇ ਉਹ ਅਪੀਲ ਨਹੀਂ ਕਰਦੀ ਗੌਰਮੈਂਟ, ਫਿਰ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਨਾਲ ਹੀ ਰਾਈਟ। ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਿਹਾ ਜੀ ਕਿ ਮੈਂ USA ਸਿਟੀਜ਼ਨ ਹਾਂ, ਮੇਰਾ ਭਰਾ ਅਤੇ ਭਾਬੀ ਦੀ ਡੈਥ ਹੋ ਚੁੱਕੀ ਹੈ, ਕੀ ਮੈਂ ਉਹਨਾਂ ਦੇ ਬੱਚੇ ਅਪਲਾਈ ਕਰ ਸਕਦਾ? ਆਪਾਂ ਹੁਣੇ ਦੱਸ ਕੇ ਹਟੇ ਹਾਂ ਇਸ ਸਵਾਲ ਬਾਰੇ ਕਿ ਜਿਹੜਾ US ਸਿਟੀਜ਼ਨ ਆ ਉਹ ਸਿਰਫ ਆਪਣੇ ਸਗੇ ਭੈਣ ਭਰਾ ਦਾ ਅਪਲਾਈ ਕਰ ਸਕਦਾ, ਉਹਦੇ ਬੱਚਿਆਂ ਦਾ ਨਹੀਂ ਕਰ ਸਕਦਾ। ਜਿਹੜੇ ਬੱਚੇ ਆ ਉਹ ਆਪਣੇ ਮਾਂ ਬਾਪ ਦੇ ਨਾਲ ਭੈਣ ਭਰਾ ਦੇ ਨਾਲ ਆ ਸਕਦੇ, ਪਰ ਸਿੱਧਾ ਬੱਚਿਆਂ ਦਾ ਅਪਲਾਈ ਨਹੀਂ ਹੋ ਸਕਦਾ। ਜੇ 16 ਸਾਲ ਤੋਂ ਘੱਟ ਹੋਣ 'ਤੇ ਅਡੋਪਟ ਕੀਤੇ ਜਾ ਸਕਦੇ? ਨਹੀਂ, ਅਡੋਪਟ ਵਾਸਤੇ ਜਾ ਕੇ 2 ਸਾਲ ਰਹਿਣਾ ਪੈਂਦਾ ਬੱਚੇ ਕੋਲ, ਇੰਡੀਆ ਰਹਿਣਾ, ਇੰਡੀਆ ਰਹਿਣਾ ਪੈਂਦਾ, ਜਿੱਥੇ ਬੱਚੇ ਰਹਿੰਦੇ ਆ। ਹਾਂਜੀ ਹਾਂਜੀ, ਉਹਦਾ ਵੱਖਰਾ ਪ੍ਰੋਸੀਜਰ। ਅਗਲਾ ਸਵਾਲ ਹੈ ਜੀ, ਕੀ ਮੈਂ ਆਪਣਾ ਸੈਲਮ ਕੇਸ ਸਨ ਫਰਾਂਸਿਸਕੋ ਤੋਂ ਸੈਕਰਾਮੈਂਟੋ ਮੂਵ ਕਰਵਾ ਸਕਦਾ? ਹਾਂਜੀ, ਕਰਾ ਸਕਦੇ ਆ। ਉਹਦੇ ਵਾਸਤੇ ਇਹਨਾਂ ਨੂੰ ਸੈਕਰਾਮੈਂਟੋ ਦਾ ਐਡਰੈਸ ਦੇਣਾ ਪੈਣਾ, ਇਹ 3 ਪਰੂਫ ਚਾਹੀਦੇ ਹੁੰਦੇ ਆ। ਇੱਕ ਤਾਂ ਤੁਹਾਡੇ ਜਿਹੜੇ ਐਡਰੈਸ ਦੇ ਆ, ਜਾਂ ਤਾਂ ID ਹੋ ਜਾਵੇ, ਡਰਾਈਵਰ ਲਾਇਸੈਂਸ, ਜਾਂ ਉਹਦੇ ਨਾਲ ਨਾਲ ਜਿਵੇਂ ਬੈਂਕ ਸਟੇਟਮੈਂਟਾਂ ਹੁੰਦੀਆਂ, ਫੋਨ ਦਾ ਬਿੱਲ ਹੁੰਦਾ, ਲੀਜ਼ ਅਪਾਰਟਮੈਂਟ ਦੀ ਜਾਂ ਜਿਹਦੇ ਕੋਲ ਰਹਿੰਦੇ ਆ ਉਹ ਲਿਖ ਕੇ ਦੇਵੇ। ਸੋ ਜੇ 3 ਪਰੂਫ ਹੋਣ ਤਾਂ ਇਹ ਕੇਸ ਮੂਵ ਕਰਾ ਸਕਦੇ ਆ। ਠੀਕ ਹੈ, ਇਹ ਸਾਡੇ ਆਖਰੀ ਦਰਸ਼ਕ ਸੀ ਜਿਨ੍ਹਾਂ ਨੇ ਕਿ ਸਾਨੂੰ ਸਵਾਲ ਪੁੱਛੇ ਆ। ਦੋਸਤੋ, ਇਹ ਤਾਂ ਸੀ ਅੱਜ ਦਾ US ਇਮੀਗ੍ਰੇਸ਼ਨ ਐਂਡ ਪੋਲੀਟਿਕਸ ਦਾ ਐਪੀਸੋਡ। ਇਸ ਵਿੱਚ ਅਸੀਂ ਜਿੱਥੇ ਇੱਥੋਂ ਦੇ ਸਥਾਨਕ ਰਾਜਨੀਤੀ ਬਾਰੇ ਗੱਲਾਂ ਕਰਦੇ ਹਾਂ, ਨਵੇਂ ਨਵੇਂ ਕਾਨੂੰਨਾਂ ਬਾਰੇ ਗੱਲਾਂ ਕਰਦੇ ਹਾਂ, ਨਵੇਂ ਨਵੇਂ ਰੂਲਸ ਐਂਡ ਰੈਗੂਲੇਸ਼ਨ ਬਾਰੇ ਗੱਲਾਂ ਕਰਦੇ ਹਾਂ, ਉਹਦੇ ਨਾਲ ਨਾਲ ਅਸੀਂ ਤੁਹਾਡੇ ਜਿਹੜੇ ਭੇਜੇ ਹੋਏ ਸਵਾਲ ਇਮੀਗ੍ਰੇਸ਼ਨ ਸੰਬੰਧੀ ਉਹਨਾਂ ਦੇ ਜਵਾਬ ਵੀ ਦਿੰਦੇ ਹਾਂ। ਸਰ ਜਸਪ੍ਰੀਤ ਸਿੰਘ ਅਟੋਰਨੀ, ਇੱਕ ਬਹੁਤ ਉੱਚ ਕੋਟੀ ਦੇ ਅਟੋਰਨੀ ਆ, ਪੂਰੇ ਅਮੈਰੀਕਾ ਵਿੱਚ ਇਹਨਾਂ ਦਾ ਨਾਂ ਆ। ਇਹਨਾਂ ਦੇ ਜਿਹੜੇ ਆਫਿਸ ਆ ਉਹ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਅਤੇ ਹੋਰ ਬਹੁਤ ਸਾਰੇ ਥਾਵਾਂ 'ਚ ਹੈਗੇ ਆ। ਇਹਨਾਂ ਦਾ ਫੋਨ ਨੰਬਰ 9179154142 ਹੈ। ਤੁਸੀਂ ਕਦੇ ਵੀ ਇਹਨਾਂ ਨੂੰ ਫੋਨ ਕਰਕੇ ਆਪਣਾ ਮੈਸੇਜ ਛੱਡ ਸਕਦੇ ਹੋ, ਜਾਂ ਤੁਸੀਂ ਉੱਥੇ ਆਪਣਾ ਟੈਕਸਟ ਮੈਸੇਜ ਛੱਡ ਸਕਦੇ ਹੋ। ਜੇ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲ ਆ ਉਹ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਵੀ ਛੱਡ ਸਕਦੇ ਹੋ, ਕਿਉਂਕਿ ਉਹੀ ਅਸੀਂ ਸਵਾਲ ਜਿਹੜੇ ਅਗਲੇ ਐਪੀਸੋਡ ਵਿੱਚ ਲੈਂਦੇ ਹਾਂ ਜਿਹੜੇ ਉੱਥੇ ਤੁਹਾਡੇ ਵੱਲੋਂ ਲਿਖੇ ਜਾਂਦੇ ਆ। ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਸਵਾਲ ਹੋਵੇ ਤੁਸੀਂ ਯੂਟਿਊਬ ਚੈਨਲ ਪੰਜਾਬ ਮੇਲ USA 'ਤੇ ਲਿਖੋ, ਉਹਨੂੰ ਸਬਸਕ੍ਰਾਈਬ ਕਰੋ, ਉਹਨੂੰ ਬੈੱਲ ਆਈਕਨ ਵੀ ਦਿਓ ਤਾਂ ਕਿ ਜਿਹੜੀ ਕੋਈ ਵੀ ਅਪਡੇਟਸ ਆ ਉਹ ਤੁਹਾਨੂੰ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।